ਐਫਐਮ 90.4 ਅਵਤਾਰ ਰੇਡੀਓ ਸੁਣਨ ਵਾਲੇ ਸਾਰੇ ਹੀ ਪਿਆਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਸਾਂਝ ਲੈ ਕੇ ਰੂਬਰੂ ਆ ਜੀ ਤੁਹਾਡੇ ਨਾਲ ਤੇ ਸਾਂਝ ਪ੍ਰੋਗਰਾਮ ਦੇ ਵਿੱਚ ਗੱਲਾਂਬਾਤਾਂ ਕਰਦੇ ਹਾਂ ਜੀ ਸਿਹਤ ਨਾਲ ਸੰਬੰਧਿਤ ਤੇ ਤਰ੍ਹਾਂ ਤਰ੍ਹਾਂ ਦੀਆਂ ਜਾਣਕਾਰੀਆਂ ਜਿਵੇਂ ਤੁਹਾਡੇ ਸਵਾਲ ਆਉਂਦੇ ਉਵੇਂ ਦੇ ਅਸੀਂ ਪ੍ਰੋਗਰਾਮ ਲੈ ਕੇ ਰੂਬਰੂ ਰਹਿੰਦੇ ਹਾਂ ਤੇ ਅੱਜ ਵੀ ਇਸ ਖਾਸ ਵਿਸ਼ੇ ਨੂੰ ਲੈ ਕੇ ਤੁਹਾਡੇ ਨਾਲ ਰੂਬਰੂ ਕਿਹੜਾ ਵਿਸ਼ਾ ਉਹ ਵੀ ਦੱਸਦੇ ਹਾਂ ਜੀ ਸੋ ਅੱਜ ਦਾ ਵਿਸ਼ਾ ਆ ਆਮ ਸਮੱਸਿਆ ਆ ਹਰ ਇੱਕ ਪਰਿਵਾਰ ਦੇ ਵਿੱਚ ਕਿਸੇ ਨਾ ਕਿਸੇ ਜੀਵ ਨੂੰ ਉਹ ਆ ਜੀ ਕੋਈ ਕਹਿੰਦਾ ਸਾਡੇ ਸਟੋਨ ਆ ਕੋਈ ਕਹਿੰਦਾ ਪੱਥਰੀ ਆ ਤੇ ਵੱਖਰੇ ਵੱਖਰੇ ਨਾਂ ਇਹਨੂੰ ਦਿੱਤੇ ਹੋਏ ਆ ਸੋ ਇਸ ਵਿਸ਼ੇ ਤੇ ਚਰਚਾ ਕਰਨਗੇ ਮੇਰੇ ਨਾਲ ਸਟੂਡੀਓ ਦੇ ਵਿੱਚ ਡਾਕਟਰ ਅਮਰੀਕ ਸਿੰਘ ਕੰਡਾ ਜੀ ਸੋ ਪ੍ਰੋਗਰਾਮ ਸਾਂਝ ਸੁਣ ਰਹੇ ਹੋ ਜੀ ਤੁਸੀਂ ਐਫਐਮ 90.4 ਅਵਤਾਰ ਰੇਡੀਓ ਸੀਚੇਵਾਲ ਜੋ ਕਿ ਪੰਜਾਬ ਦੇ ਪਿੰਡਾਂ ਵਿੱਚੋਂ ਚੱਲਣ ਵਾਲਾ ਪਹਿਲਾ ਕਮਿਊਨਿਟੀ ਰੇਡੀਓ ਤੇ ਆਓ ਜੀ ਡਾਕਟਰ ਅਮਰੀਕ ਸਿੰਘ ਹੁਣਾਂ ਵੱਲ ਚੱਲਦੇ ਆ ਤੇ ਉਹਨਾਂ ਨੂੰ ਤੁਹਾਡੇ ਨਾਲ ਰੂਬਰੂ ਕਰਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸਾਂਝ ਵਿੱਚ ਧੰਨਵਾਦ ਜੀ ਸਤਿ ਸ੍ਰੀ ਅਕਾਲ ਸੋ ਡਾਕਟਰ ਅਮਰੀਕ ਜੀ ਸਭ ਤੋਂ ਪਹਿਲਾਂ ਤੇ ਅੱਜ ਦੇ ਦਿਨ ਦੀਆਂ ਖਾਸ ਦਿਨ ਆ ਤੇ ਉਸ ਖਾਸ ਦਿਨ ਤੇ ਅੱਜ ਜਿਹੜੀ ਇੱਕ ਬੁਰਾਈ ਸਾਡੇ ਸਰੀਰ ਦੇ ਵਿੱਚ ਆ ਜਾਂਦੀ ਆ ਕਈ ਉਹਨੂੰ ਸਟੋਨ ਕਹਿੰਦੇ ਆ ਕੋਈ ਉਹਨੂੰ ਪੱਥਰੀ ਕਹਿੰਦੇ ਆ ਭਾਗ ਵੱਖਰੇ ਵੱਖਰੇ ਹੋ ਸਕਦੇ ਆ ਨਾਂ ਵੱਖਰੇ ਵੱਖਰੇ ਹੋ ਸਕਦੇ ਆ ਪਹਿਲਾਂ ਤੇ ਗੱਲ ਕਰਦੇ ਕਿ ਪੱਥਰੀ ਹੈ ਕੀ ਆ ਪੱਥਰੀ ਹੈ ਕਿ ਦਰਅਸਲ ਪੱਥਰੀ ਜਿਹੜੀ ਹੈਗੀ ਆ ਜ਼ਿਆਦਾਤਰ ਸਾਨੂੰ ਕੋਲਡ ਡਰਿੰਕ ਤੋਂ ਦੁੱਧ ਤੋਂ ਜੀ ਇਹ ਹੁੰਦੀ ਆ ਪੱਥਰੀ ਹੁੰਦੀ ਕੀ ਆ ਜੇ ਆਪਾਂ ਇਹਨੂੰ ਪੱਥਰੀ ਚਾਰ ਤਰ੍ਹਾਂ ਦੀ ਹੁੰਦੀ ਆ ਜੀ ਸਭ ਤੋਂ ਪਹਿਲਾਂ ਸਿਸਟੀਨ ਸਟੋਨ ਹੁੰਦਾ ਜਿਹੜਾ ਜੀ ਇਹਨਾਂ ਲੋਕਾਂ ਜ਼ਿਆਦਾ ਬਣਦਾ ਜਿਹਨਾਂ ਵਿੱਚ ਅਨੁਵਾਸ਼ਿਕ ਵਿਕਾਰ ਸਿਸਟੀਨੂਰੀਆ ਹੁੰਦਾ ਜੀ ਇੱਕ ਇਸ ਪ੍ਰਕਾਰ ਦੀ ਪੱਥਰੀ ਵਿੱਚ ਸਿਸਟੀਨ ਇੱਕ ਐਸਿਡ ਜੋ ਸਰੀਰ ਵਿੱਚ ਪਰੈਸ਼ੀ ਹੁੰਦਾ ਜੀ ਜਿਹੜਾ ਰਿਸਾਵ ਜਿਹੜਾ ਪਿਸ਼ਾਬ ਵਿੱਚ ਹੁੰਦਾ ਜੀ ਸੋ ਇਹ ਦੂਜੀ ਜਿਹੜੀ ਹੈਗੀ ਆ ਸਟਰਾਵਾ ਇੱਟ ਸਟੋਨ ਆ ਇਸ ਤਰ੍ਹਾਂ ਦੀ ਪੱਥਰੀ ਜ਼ਿਆਦਾਤਰ ਜਿਹੜੀ ਯੂਰਿਨ ਟ੍ਰੈਕ ਦੇ ਵਿੱਚ ਇਨਫੈਕਸ਼ਨ ਨਾਲ ਜ਼ਿਆਦਾਤਰ ਔਰਤਾਂ ਚ ਪਾਈ ਜਾਂਦੀ ਆ ਜੀ ਇਹ ਸਟੋਨ ਕਿਡਨੀ ਵਿੱਚ ਇਨਫੈਕਸ਼ਨ ਦੇ ਕਾਰਨ ਹੁੰਦਾ ਸ਼ਾਇਦ ਸਾਈਜ਼ ਵਿੱਚ ਵੱਡਾ ਹੋਣ ਤੇ ਉਸ ਤੇ ਪਿਸ਼ਾਬ ਵਿੱਚ ਰੁਕਾਵਟ ਪੈਦਾ ਕਰਦਾ ਥੋੜਾ ਵੱਡਾ ਸਾਈਜ਼ ਹੁੰਦਾ ਇਹਦਾ ਜੀ ਜੀ ਅੱਗੇ ਹੈਗਾ ਯੂਰਿਕ ਐਸਿਡ ਸਟੋਨ ਜੀ ਇਹ ਸਟੋਨ ਔਰਤਾਂ ਦੇ ਮੁਕਾਬਲੇ ਜਿਹੜੇ ਮਰਦ ਹੈ ਉਹਨਾਂ ਜ਼ਿਆਦਾ ਹੁੰਦਾ ਜੀ ਜਦੋਂ ਪਿਸ਼ਾਬ ਵਿੱਚ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਇਹ ਬਣਦਾ ਜੀ ਯੂਰਿਨ ਨਾਲ ਭਰਪੂਰ ਖਾਣਾ ਨਾਲ ਪਿਸ਼ਾਬ ਵਿੱਚ ਐਸਿਡ ਦਾ ਜਿਹੜਾ ਹੈਗਾ ਵੱਧ ਹੁੰਦਾ ਜਿਵੇਂ ਲਾਈਕ ਜਿਹੜੇ ਬੰਦੇ ਆ ਉਹ ਸ਼ਰਾਬ ਜ਼ਿਆਦਾ ਪੀਂਦੇ ਨੇ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਲੈਂਦੇ ਨੇ ਉਹਦੇ ਨਾਲ ਇਹ ਜਿਹੜਾ ਯੂਰਿਕ ਐਸਿਡ ਸਟੋਨ ਬਣਦਾ ਹੈਗਾ ਜੀ ਸੋ ਅੱਗੇ ਆਇਆ ਕੈਲਸ਼ੀਅਮ ਸਟੋਨ ਕੈਲਸ਼ੀਅਮ ਸਟੋਨ ਕਿਡਨੀ ਵਿੱਚ ਹੋਣ ਵਾਲੀ ਪੱਥਰੀ ਵਿੱਚ ਆਮ ਜਿਹੀ ਗੱਲ ਹੈ ਇਹ ਕੈਲਸ਼ੀਅਮ ਆਕਸਲੇਟ ਫਾਸਫੇਟ ਜਾਂ ਮਿਲੀਅਰ ਤੋਂ ਬਣਦਾ ਜਿਵੇਂ ਚਿਪਸ ਮੂੰਗਫਲੀ ਹੋਈ ਚੋਕਲੇਟ ਚਕੰਦਰ ਤੇ ਪਾਲਕ ਵਿੱਚ ਆਕਸਲੇਟ ਦੀ ਮਾਤਰਾ ਜ਼ਿਆਦਾ ਹੁੰਦੀ ਆ ਜੀ ਸੋ ਇਸ ਨੂੰ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਪੇਟ ਵਿੱਚ ਦਰਦ ਹੁੰਦਾ ਹੈ ਪਿਸ਼ਾਬ ਕਰਦੇ ਸਮੇਂ ਦਰਦ ਹੁੰਦਾ ਹੈ ਪਿਸ਼ਾਬ ਦਾ ਜਿਹੜਾ ਪੀਲਾਪਣ ਹੋਣਾ ਪਿਸ਼ਾਬ ਵਿੱਚ ਬਹੁਤ ਜ਼ਿਆਦਾ ਬਲੂ ਆਉਣੀ ਪਿਸ਼ਾਬ ਵਿੱਚ ਖੂਨ ਆਉਣਾ ਉਲਟੀਆਂ ਵਗੈਰਾ ਆਉਣੀਆਂ ਜੀ ਸੋ ਇਹ ਤੁਸੀਂ ਪੱਥਰੀ ਪੁੱਛਿਆ ਸੀ ਪੱਥਰੀ ਇਸ ਤਰ੍ਹਾਂ ਹੁੰਦੀ ਹੈ ਚਾਰ ਪ੍ਰਕਾਰ ਦੀ ਹੁੰਦੀ ਹੈ ਇਹ ਜਿਹੜੀ ਆਪਾਂ ਗੱਲ ਕੀਤੀ ਜੀ 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 ਸੋ ਡਾਕਟਰ ਅਮਰੀਕ ਜੀ ਪੱਥਰੀ ਨੂੰ ਆਪਾਂ ਨਾ ਹੋਣ ਦਈਏ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਖਾਸ ਲੈਣਾ ਚਾਹੀਦਾ ਕਿਉਂਕਿ ਇੱਕ ਚੀਜ਼ ਹੁੰਦੀ ਹੈ ਕਿ ਕਈ ਕਹਿੰਦੇ ਪਿੱਤੇ ਚ ਪੱਥਰੀ ਆ ਪਿੱਤੇ ਚ ਪੱਥਰੀ ਹੋਣ ਦਾ ਕਾਰਨ ਕੀ ਆ ਪਹਿਲਾਂ ਇਹ ਚਲੋ ਇਹਦੇ ਵਿੱਚ ਆਉਂਦੇ ਆਪਾਂ ਇੱਧਰ ਪਿੱਤੇ ਦੀ ਪੱਥਰੀ ਦੇ ਕਾਰਨ ਜ਼ਿਆਦਾ ਜਿਹੜੇ ਹੈਗੇ ਆ ਬਣਦੀ ਕਿਵੇਂ ਆ ਜਿਹੜਾ ਮੱਖਣ ਆ ਜ਼ਿਆਦਾ ਦੇਸੀ ਘਿਓ ਆ ਚਰਬੀ ਵਾਲੇ ਜਿਵੇਂ ਬੀਫ ਖਾਂਦੇ ਲੋਕ ਮਟਨ ਜ਼ਿਆਦਾ ਖਾਂਦੇ ਆ ਜੀ ਸੋ ਆਪਣੇ ਜਿਹੜਾ ਜਿਗਰ ਆ ਜਿਹਨੂੰ ਆਪਾਂ ਲਿਵਰ ਕਹਿੰਦੇ ਆ ਨਾ ਜੀ ਸੋ ਇਹ ਪਿੱਤੇ ਦੀ ਪਿੱਤੇ ਚ ਪੱਜਦੀ ਜਿਹੜੀ ਆ ਉਹਦਾ ਜਿਗਰ ਵਿੱਚੋਂ ਜਿਹੜਾ ਪੈਟ ਹੁੰਦੀ ਆ ਲਿਵਰ ਪੈਟ ਛੱਡਦਾ ਉਹ ਗਾਂ ਚ ਪਹੁੰਚਦੀ ਆ ਜੀ ਸੋ ਉਹਦੇ ਵਿੱਚ ਕੀ ਹੁੰਦਾ ਉਹ ਘੁਲਨਸ਼ੀਲ ਨਹੀਂ ਹੁੰਦੀ ਚਿਕਨਾਹਟ ਹੁੰਦੀ ਬਹੁਤ ਜ਼ਿਆਦਾ ਉਹਦੇ ਚ ਜੀ
ਸੋ ਉਹਦੇ ਨਾਲ ਇਹ ਜਿਹੜੀ ਪੱਥਰੀ ਜਿਹੜੀ ਬਣਦੀ ਹੈ। ਤੇ ਇਹਨੂੰ ਆਪਾਂ ਰੋਕ ਕਿਵੇਂ ਸਕਦੇ, ਕਿਹੜੀਆਂ ਦਵਾਈਆਂ ਦੇ ਨਾਲ ਜਾਂ ਘਰੇਲੂ ਉਪਚਾਰ ਦੇ ਨਾਲ ਕਿਵੇਂ ਇਹਨੂੰ ਹੋਣ ਤੋਂ ਰੋਕਿਆ ਜਾ ਸਕਦਾ, ਜੇ ਹੈ ਤੇ ਇਹਨੂੰ ਕਿਵੇਂ ਕੱਢਿਆ ਜਾ ਸਕਦਾ ਬਿਨਾਂ ਆਪਰੇਸ਼ਨ? ਬਿਨਾਂ ਆਪਰੇਸ਼ਨ ਤੋਂ ਮੈਂ ਹੁਣ ਤੱਕ ਘੱਟ ਤੋਂ ਘੱਟ ਵੀ ਮੈਂ ਮੰਨ ਕੇ ਚੱਲਦਾ 2000 ਪੇਸ਼ੈਂਟ ਦੀ ਪੱਥਰੀ ਕੱਢ ਚੁੱਕੇ ਹਾਂ ਗੁਰਦੇ ਦੀਆਂ, ਜੀ, ਔਰ ਤਕਰੀਬਨ 1000 ਦੇ ਕਰੀਬ ਅਸੀਂ ਪਿੱਤੇ ਦੀ ਪੱਥਰੀ ਜਿਹੜੀ ਹੈਗੀ ਉਹ ਕੱਢ ਚੁੱਕੇ। ਜੀ ਸੋ ਸਭ ਤੋਂ ਪਹਿਲਾਂ ਮੈਂ ਆਉਣਾ ਹੈਗਾ ਆਪਣੇ ਘਰਾਂ ਚ ਗਮਲੇ ਚ ਲੱਗੇ ਹੋਏ ਪੱਥਰ ਚੱਟ। ਬਿਲਕੁਲ ਜੀ, ਪੱਥਰ ਚੱਟ ਨੂੰ ਤੁਸੀਂ ਰੋਜ਼ ਆਪਦੇ ਚਰਨੀ ਬਣਾ ਲੋ, ਉਹਨੂੰ ਵੈਸੇ ਕੱਚਾ ਖਾ ਸਕਦੇ ਹੋ ਔਰ ਤੁਸੀਂ ਉਸਦਾ ਉਹਨੂੰ ਉਬਾਲ ਕੇ ਵੀ ਪੀ ਸਕਦੇ ਹੋ। ਤੁਹਾਨੂੰ ਕਦੇ ਵੀ ਪਿੱਤੇ ਦੀ ਤੇ ਗੁਰਦੇ ਦੀ ਪੱਥਰੀ ਕਦੇ ਨੀ ਹੋਊਗੀ। ਜੀ ਇੱਕ ਮੈਂ ਖਰਾਕ ਦੱਸਣ ਲੱਗਿਆ ਹੈਗਾ ਗੁਰਦੇ ਦੀ ਪੱਥਰੀ ਨੂੰ ਠੀਕ ਕਰਨ ਲਈ ਜਿਹੜੇ ਨੁਸਖਾ ਹੈਗਾ, ਨਾਰੀਅਲ ਜਿਹੜਾ ਹੈ ਨਾਰੀਅਲ ਦਾ ਪਾਣੀ ਉਹ ਪੀਣਾ ਚਾਹੀਦਾ, ਮੈਂ ਅੱਗੇ ਕਹਿੰਦਾ ਹੁੰਦਾ ਜੀ, ਬਹੁਤ ਵਧੀਆ। ਇਲਾਇਚੀ, ਜੀ ਛੋਟੀ ਇਲਾਇਚੀ, ਸੋ ਖਰਬੂਜੇ ਦੇ ਬੀਜ ਦੀ ਗਿਰੀ, ਮਗਜ਼ ਜਿੰਨਾ ਨੂੰ ਪੈ ਗਏ ਮਿਸ਼ਰੀ, 1 ਕੱਪ ਪਾਣੀ ਚ ਮਿਲਾ ਕੇ ਸਵੇਰੇ ਸ਼ਾਮ ਪੱਥਰੀ ਪੀਓ, ਪੱਥਰੀ ਨਿਕਲ ਜਾਂਦੀ ਹੈ। ਡਾਕਟਰ ਸਾਹਿਬ ਦੁਬਾਰਾ ਬੋਲਿਓ, ਖਰਬੂਜੇ ਦੇ ਬੀਜ ਤੋਂ ਹੋਰ ਕੀ? 15 ਵੱਡੀ ਇਲਾਇਚੀ ਦੇ ਦਾਣੇ, ਜੀ, ਖਰਬੂਜੇ ਦੇ ਬੀਜ, ਜੀ ਗਿਰੀ, ਜੀ ਜੀ ਹਾਂ ਨਾ, ਉਹ ਕਦੇ ਕਦੇ ਮਿਲ ਜਾਂਦੇ, 2 ਚਮਚ ਮਿਸ਼ਰੀ, ਜੀ, ਦਾ ਪਾਣੀ ਚ ਮਿਲਾ ਕੇ ਸਵੇਰੇ ਸ਼ਾਮ ਪੀਣ ਨਾਲ ਪੱਥਰੀ ਨਿਕਲ ਜਾਂਦੀ ਹੈ। ਜੀ 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 ਜਾਮੁਨ ਦੀ ਗੱਲ ਕਰਦੇ, ਪੱਕਿਆ ਜਾਮੁਨ ਵੀ ਪੱਥਰੀ ਤੋਂ ਛੁਟਕਾਰਾ ਦਵਾਉਂਦਾ, ਤੁਸੀਂ ਕਿਵੇਂ ਵੀ ਖਾ ਸਕਦੇ ਹੋ। ਆਂਵਲਾ, ਆਂਵਲੇ ਦਾ ਚੂਰਨ ਮੂਲੀ ਦੇ ਨਾਲ ਖਾਣ ਨਾਲ ਬਲੈਡਰ ਦੀ ਪੱਥਰੀ ਨਿਕਲ ਜਾਂਦੀ ਹੈ। ਆਂਵਲੇ ਦਾ ਚੂਰਨ ਮਤਲਬ ਔਲੇ ਦਾ ਚੂਰਨ ਮੂਲੀ ਦੇ ਨਾਲ ਖਾਣ ਨਾਲ, ਸੋ ਇਹਨਾਂ ਦਾ ਤਾਲਮੇਲ ਆਪਸ ਦੇ ਵਿੱਚ ਇਹ ਦਵਾਈ ਕੰਮ ਕਰਦੀ ਹੈ ਪੱਥਰੀ ਨੂੰ ਕੰਟਰੋਲ ਕਰਨ ਲਈ। ਜੀ ਜੀ ਜੀਰਾ ਤੇ ਚੀਨੀ, ਜੀ ਜੀਰਾ ਤੇ ਚੀਨੀ ਨੂੰ ਬਰਾਬਰ ਮਾਤਰਾ ਚ ਲੈ ਕੇ ਪੀਸ ਲੋ, 1 ਚਮਚ ਠੰਡੇ ਪਾਣੀ ਨਾਲ ਰੋਜ਼ ਲੋ ਔਰ ਇਹ ਵੀ ਪੱਥਰੀ ਕਰਨ ਸਹਾਇਕਾ। ਸਹਿਜਲ ਦੀ ਸਬਜ਼ੀ, ਸਹਿਜਲ ਦੀ ਸਬਜ਼ੀ ਦਾ ਵਰਤੋਂ ਕਰਨ ਨਾਲ ਪੱਥਰੀ ਟੁੱਟ ਕੇ ਬਾਹਰ ਨਿਕਲ ਜਾਂਦੀ ਹੈ। ਜੀ ਮਿਸ਼ਰੀ ਤੇ ਸੌਂਫ, 50-50 ਗ੍ਰਾਮ ਮਿਸ਼ਰੀ, ਸੌਂਫ ਤੇ ਸੁੱਕਾ ਧਨੀਆ ਲੈ ਕੇ ਰਾਤ ਭਰ ਮਤਲਬ 1.5 ਲੀਟਰ ਪਾਣੀ ਚ ਪਿਓ ਕੇ ਅਕਦੇ ਅਗਲੀ ਸ਼ਾਮ ਇਸ ਨੂੰ ਪੀਸ ਕੇ ਪੀਣ ਨਾਲ ਪੱਥਰੀ ਨਿਕਲ ਜਾਂਦੀ ਹੈ। 50 ਗ੍ਰਾਮ ਮਿਸ਼ਰੀ ਤੇ 50 ਗ੍ਰਾਮ ਸੌਂਫ ਤੋਂ ਹੋਰ ਕੀ ਨਾਲ? ਸੁੱਕਾ ਧਨੀਆ, ਸੁੱਕਾ ਧਨੀਆ, ਠੀਕ ਹੈ ਜੀ। ਤੁਲਸੀ ਦੇ ਬੀਜ, ਤੁਲਸੀ ਦੇ ਬੀਜ ਦਾ ਜਿਹੜਾ ਹਿਮਜੀਰਾ ਹੁੰਦਾ ਹੈ, ਦਾਣੇਦਾਰ ਸ਼ੱਕਰ ਤੇ ਦੁੱਧ ਨਾਲ ਲੈਣ ਨਾਲ ਬਲੈਡ ਚ ਫਸੀ ਪੱਥਰੀ ਨਿਕਲ ਜਾਂਦੀ ਹੈ। ਵਾਹ ਜੀ ਵਾਹ। ਮਿਸ਼ਰੀ ਦੀ ਚਾਸ਼ਨੀ ਹੈ ਜਿਹੜੀ, ਜੀਰੇ ਨੂੰ ਮਿਸ਼ਰੀ ਦੀ ਚਾਸ਼ਨੀ ਜਾਂ ਸ਼ਹਿਦ ਦੇ ਨਾਲ ਲੈਣ ਨਾਲ ਪੱਥਰੀ ਘੁਲ ਕੇ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੀ ਹੈ। ਘਰੇਲੂ ਇਹ ਜਿਹੜੇ ਨੁਸਖੇ ਦੱਸਦਾ ਹੁੰਦਾ ਇਹਨੂੰ ਨੋਟ ਕਰ ਲਿਆ ਕਰੋ, ਬਾਕੀ ਫੇਸਬੁੱਕ ਪੇਜ ਬਣਾਇਆ ਜਿੱਥੇ ਡਾਕਟਰ ਅਮਰੀਕ ਸਿੰਘ ਕੰਡਾ ਪਾ ਕੇ ਤੁਸੀਂ ਉੱਥੋਂ ਵੀ ਇਹ ਲਾਹ ਸਕਦੇ ਹੋ। ਬਹੁਤ ਸਾਰੇ ਲੋਕਾਂ ਨੂੰ ਲਿਖੇ ਨੀ ਜਾਂਦੇ ਜਾਂ ਉਹਨਾਂ ਨੂੰ ਤੁਸੀਂ ਉੱਥੇ ਜਾ ਕੇ ਇਹਨੂੰ ਲਾ ਸਕਦੇ ਹੋ। ਯੂਟਿਊਬ ਤੇ ਵੀ ਤੁਸੀਂ ਜਾ ਕੇ ਡਾਕਟਰ ਅਮਰੀਕ ਸਿੰਘ ਕੰਡਾ ਪਾ ਕੇ ਉੱਥੇ ਤੁਸੀਂ ਇਹ ਨੁਸਖੇ ਸੁਣ ਸਕਦੇ ਹੋ। ਜੀ 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 ਔਰ ਇੱਕ ਹੋਰ ਮੈਂ ਜਿਹੜੀ ਗੁਰਦੇ ਦੀ ਪੱਥਰੀ ਦਾ ਇਹਦੇ ਇੱਕ ਨੋਟ ਕਰ ਲੋ, ਸਿਆਲ ਆ ਗਏ ਨੇ ਹੁਣ ਧਨੀਆ ਆਮ ਹੋਣਾ ਹਰਾ ਧਨੀਆ, ਜੀ 1 ਗੁੱਠੀ ਲਓ ਧਨੀਏ ਦੀ ਔਰ ਫਿਲਟਰ ਪਾਣੀ ਲੈ ਲਓ। ਜੀ ਪਹਿਲਾਂ 1 ਬਰਤਨ ਚ ਪਾਣੀ ਨੂੰ ਭਰ ਲੋ, ਫਿਰ ਉਸ ਧਨੀਆ ਕੱਟ ਕੇ ਪਾ ਦੋ ਤੇ ਇਹਨੂੰ ਅੱਗ ਤੇ ਰੱਖ ਦਿਓ। ਇਹ ਬੁੱਲ ਲੱਗ ਗਿਆ ਤੇ ਇਹਨੂੰ 10 ਮਿੰਟ ਤੱਕ ਚੱਲੀ ਜਾਣ ਦਿਓ। ਬਾਅਦ ਚ ਇਸ ਨੂੰ ਉਤਾਰ ਕੇ ਜਦੋਂ ਟੈਂਪਰੇਚਰ ਨਾਰਮਲ ਹੋ ਗਿਆ ਜੀ, ਉਦੋਂ ਉਹਨੂੰ ਜਿਹੜਾ ਹੈਗਾ ਕਵਰ ਕਰ ਲੋ ਚੰਗੀ ਤਰ੍ਹਾਂ। ਸੋ ਇਹ ਮਿਸ਼ਰਣ ਨੂੰ ਮਤਲਬ ਫਰਿਜ ਰੱਖ ਦੋ ਜੀ, ਸੋ ਰੋਜ਼ ਇਸ ਨੂੰ ਤੁਸੀਂ ਪੀਣਾ ਹੈਗਾ। ਸੋ ਇਹਦੇ ਨਾਲ ਕੀ ਹੈ, ਜਿਹੜਾ ਜਿਹੜਾ ਪਿਸ਼ਾਬ ਚ ਤੁਹਾਨੂੰ ਰੋਜ਼ ਬਦਲਾਅ ਮਿਲੂਗਾ ਜੀ, ਸੋ ਗੁਰਦੇ ਦੀ ਜਿਹੜੀ ਪੱਥਰੀ ਉਹ ਨਿਕਲ ਜਾਊਗੀ ਜੀ। ਇਹ ਬੜੇ ਸਿੰਪਲ ਗੱਲਾਂ ਨੇ ਬਟ ਇਹ ਇਫੈਕਟ ਬਹੁਤ ਨੇ। ਜੀ ਜੀ ਲੋਕ ਕਹਿੰਦੇ ਵੀ ਅਸੀਂ ਇਹ ਚੀਜ਼ ਨੂੰ ਮੰਨਦੇ ਨੀ, ਅਸੀਂ ਉਹ ਬਹੁਤ ਪ੍ਰੈਕਟੀਕਲ ਇਹ ਕੀਤੇ ਹੋਏ ਨੇ। ਇੱਕ ਮੈਨੂੰ ਸਵਾਲ ਆਇਆ ਸੀਗਾ ਵੀ ਜਿਹੜਾ ਹੈਗਾ ਵੀ ਪਿਸ਼ਾਬ ਦੀ ਗਰਮੀ, ਜਦੋਂ ਗਰਮੀ ਲੱਗਦੀ ਜਦੋਂ ਪਿਸ਼ਾਬ ਕਰਦੇ ਗਰਮ ਗਰਮ ਉਹਨੂੰ ਮਹਿਸੂਸ ਹੁੰਦਾ ਜੀ ਜੀ, ਪੰਜਾਂ ਦੇ ਮਚੇਵਾਂ ਪਣ ਹੁੰਦਾ ਜੀ, ਉਹਦੇ ਲਈ ਬੜਾ ਸੌਖਾ ਤਰੀਕਾ ਨੋਟ ਕਰ ਲੋ। 2-3 ਇਲਾਇਚੀਆਂ ਲੈ ਲਓ, ਉਹਨੂੰ 1.5 ਗਲਾਸ ਪਾਣੀ ਲੈ ਕੇ ਉਹਨੂੰ ਚੰਗੀ ਤਰ੍ਹਾਂ ਵਾਹ ਲਓ, ਜਦੋਂ 1.25 ਗਲਾਸ ਰਹਿ ਜੇ ਉਹਨੂੰ
ਉਸਾ ਕਰਕੇ ਪੀਣਾ ਹੈਗਾ, ਦਿਨ ਚ 3-4 ਵਾਰ ਪੀਓ, ਵੈਰੀ ਫਸਟ ਡੇ ਤੁਸੀਂ ਠੀਕ ਹੋ ਜਾਓਗੇ। ਸਰ ਡਾਕਟਰ ਸਾਹਿਬ, ਇਲਾਚੀਆਂ ਵੱਡੀਆਂ ਲੈਣੀਆਂ ਜਾਂ ਛੋਟੀ ਹਰੀ ਇਲਾਚੀ ਲੈਣੀ ਆ? ਹਰੀ ਇਲਾਚੀ ਲੈਣੀ, ਹਰੀ ਇਲਾਚੀ। ਹਰੀ ਇਲਾਚੀ, ਠੀਕ ਆ ਜੀ। ਹੁਣ ਆਪਾਂ ਆਮ ਸੁਣਦੇ ਹਾਂ ਪਿੱਤੇ ਦੀ ਪੱਥਰੀ ਹੋ ਗਈ ਜੀ, ਪਿੱਤੇ ਦਾ ਆਪਰੇਸ਼ਨ ਕਢਵਾ ਤਾ, ਡਾਕਟਰ ਕਹਿੰਦੇ ਦਰਦ ਨੀ ਰੁਕ ਰਿਹਾ ਸੀਗਾ। ਸਾਡੇ ਕੋਲ ਜਿਹੜੇ ਸਿੰਪਲ ਅਰਕ ਨੇ ਉਹ ਸਿਰਫ ਉੱਤੇ ਲਾਉਣ ਨਾਲ ਹੀ ਦਰਦ, ਮਤਲਬ ਹਾਰਟ ਚ ਦਰਦ ਹੁੰਦਾ ਜਾਂ ਪਿੱਤੇ ਚ ਦਰਦ ਹੁੰਦਾ ਜਾਂ ਲਿਵਰ ਚ ਦਰਦ ਹੁੰਦਾ, ਉੱਤੇ ਲਗਾਉਣ ਨਾਲ ਹੀ ਠੀਕ ਹੋ ਜਾਂਦਾ ਦਰਦ, ਔਰ ਉਹਨੂੰ ਪੀਣ ਨਾਲ ਆਪਾਂ ਉਹਨੂੰ ਬਿਲਕੁਲ ਠੀਕ ਕਰ ਦੇਣਗੇ। ਪਿੱਤੇ ਦੀ ਗੁਰਦੇ ਦੀ ਪੱਥਰੀ ਹੈ। ਸੋ ਪਿੱਤਾ ਕੋਈ ਫਾਲਤੂ ਅੰਗ ਨੀ ਹੁੰਦਾ, ਜਿਹਨੇ ਆਪਣੇ ਪ੍ਰਮਾਤਮਾ ਨੇ ਅੰਗ ਲਾਏ ਨੇ ਸਾਰੇ, ਉਹ ਉਹਦੇ ਚ ਕੋਈ ਇਹੋ ਜਿਹੀ ਹੈ ਨੀ ਜਿਹੜੀ ਫਾਲਤੂ ਹੈ ਜੀ ਜੀ ਜੀ। ਸੋ ਪਿੱਤਾ ਹੈ ਕਿ ਪਿੱਤਾ ਸਾਡਾ ਜੂਸ ਸਟੋਰ ਹੈ। ਅੱਛਾ, ਹੁਣ ਬੜੀ ਇੰਟਰਸਟਿੰਗ ਗੱਲ ਤਾਂ ਇਹ ਵੀ ਦੁੱਧ ਤੇ ਕੋਲਡ ਡਰਿੰਕਸ ਤੋਂ ਪੱਥਰੀ ਜ਼ਿਆਦਾ ਬਣ ਰਹੀ ਅੱਜ ਕੱਲ ਜਿਹੜੀ, ਕਾਲੀ ਪੱਥਰੀ ਹੈ ਤਾਂ ਕੋਲਡ ਡਰਿੰਕ ਤੋਂ ਜਾਂ ਚਿੱਟੀ ਪੱਥਰੀ ਦੁੱਧ ਤੋਂ ਆ? ਸੋ ਇਹ ਵੀ ਇੱਕ ਲੌਜਿਕ ਆ ਇਹਦੇ ਵਿੱਚ ਬਹੁਤ ਵੱਡਾ ਫਿਰ ਤਾਂ। ਬਹੁਤ ਵੱਡਾ ਲੌਜਿਕ ਆ ਜੀ, ਅਸੀਂ ਥੋੜਾ ਜਿਹਾ ਸਜਾਊਂਗਾ ਮੈਂ ਜੀ। ਜਿਹੜਾ ਦੁੱਧ ਹੈ ਉਹ ਆਪਣਾ ਹੱਕ ਮਾਰਿਆ ਹੋਇਆ, ਕੱਟੇ ਕੱਟੀ ਦਾ, ਵੱਛੇ ਵੱਛੀ ਦਾ। ਬਿਲਕੁਲ ਜੀ, ਅਸੀਂ ਆਪਦੇ ਆਪ ਨੂੰ ਬਹੁਤ ਸਿਆਣੇ ਕਹਿੰਦੇ ਆ। ਅਸਲ ਮੈਂ ਨੀ ਬੋਲ ਰਿਹਾ, ਸਾਡੇ ਗ੍ਰੰਥਾਂ ਚ ਮੈਂਸ਼ਨ ਕੀਤੀ ਹੋਈ ਗੱਲ, ਜਦੋਂ ਆਪਾਂ ਕਿਸੇ ਚੀਜ਼ ਦਾ ਹੱਕ ਮਾਰਦੇ ਆ ਉਹ ਫਿਰ ਆਪਾਂ ਨੂੰ ਨੁਕਸਾਨ ਵੀ ਕਰਦਾ। ਬਿਲਕੁਲ ਜੀ ਬਿਲਕੁਲ। ਹੁਣ ਦੁੱਧ ਪੀਂਦੇ ਆ, ਬਹੁਤ ਸਾਰੇ ਲੋਕ ਮੈਨੂੰ ਸਵਾਲ ਕਰਦੇ ਦੁੱਧ ਤਾਂ ਜੀ ਮਹਾਭਾਰਤ ਚੱਲਦਾ ਆ ਰਿਹਾ। ਮੈਂ ਕਿਹਾ ਬਿਲਕੁਲ ਚੱਲਦਾ ਆ ਰਿਹਾ, ਉਹ ਬੰਦੇ ਕੰਮ ਕਰਦੇ ਸੀਗੇ, ਉਹ ਬੰਦੇ ਫਿਜ਼ੀਕਲੀ ਕੰਮ ਕਰਦੇ ਸੀ, ਕਸਰਤਾਂ ਕਰਦੇ ਸੀ, ਘੁਲਦੇ ਸੀ ਖੇਤਾਂ ਚ, ਪਸ਼ੂਆਂ ਨਾਲ ਪਸ਼ੂ ਹੁੰਦੇ ਸੀ ਜੀ, ਤੇ ਉਹ ਰੋਜ਼ ਚੱਲਦੇ ਸੀ, ਪਤਾ ਨੀ ਕਿੰਨੇ ਮੀਲ ਮੀਲ ਚੱਲਦੇ ਸੀ ਜੀ। ਹੁਣ ਮੇਰਾ ਏਸੀ ਚ ਬੈਠਾ ਰਹਿੰਦਾ, ਆਰਾਮ ਨਾਲ ਪੇਸ਼ੈਂਟ ਦੇਖੀ ਜਾਂਦਾ, ਤੇ ਮੇਰੇ ਪੱਥੇ ਵੀ ਆਉਣੀ ਆ। ਬਿਲਕੁਲ ਜੀ ਬਿਲਕੁਲ। ਹਾਂ, ਸੋ ਇਹਦੇ ਲਈ ਤੁਸੀਂ ਜਿਹੜਾ ਹੈਗਾ ਕਮ ਸੇ ਕਮ ਰੋਜ਼ 45 ਮਿੰਟ ਦੀ ਸੈਰ ਕਰਨੀ ਆ, ਧੁੱਪ ਲੈਣੀ ਆ, 45 ਮਿੰਟ ਧੁੱਪ ਲੈਣੀ ਆ, ਇਹ ਤੁਹਾਨੂੰ ਤਾਂ ਅਸਰ ਲੱਗਾ ਤੁਹਾਡੇ ਕਦੇ ਪੱਥਰੀ ਨਹੀਂ ਹੋਊਗੀ ਜ਼ਿੰਦਗੀ ਚ। ਵਾਹ ਜੀ ਵਾਹ, ਤਾਈਓ ਪੁਰਾਣੇ ਬਜ਼ੁਰਗਾਂ ਦੇ ਕੋਈ ਪੱਥਰੀ ਨਹੀਂ ਸੀ, ਜਦੋਂ ਦੇ ਅਸੀਂ ਰਾਮਪ੍ਰਸਤ ਹੋ ਗਏ ਸਾਡੇ ਪੱਥਰੀਆਂ ਹੋਣ ਲੱਗੀਆਂ ਜੀ। ਜਦੋਂ ਆਪਾਂ ਸੈਰ ਕਰਾਂਗੇ 45 ਮਿੰਟ, ਧੁੱਪ ਲਾਵਾਂਗੇ 45 ਮਿੰਟ ਜੀ। ਦੂਜੀ ਗੱਲ, ਜਿਹੜਾ ਦੁੱਧ ਪੀਣਾ, ਦੁੱਧ ਪੀਣ ਦਾ ਤਰੀਕਾ ਕੀ ਆ? ਦੁੱਧ ਨੂੰ ਅਸੀਂ ਪੀਣਾ ਜੀ, ਦੁੱਧ ਵਿੱਚ ਬੈ ਹੁੰਦੀ ਆ ਜੀ। ਮਤਲਬ ਲੋਕ ਕੀ ਕਰਦੇ ਆ ਵੀ ਰਾਤ ਨੂੰ ਠੰਡਾ ਦੁੱਧ ਪੀ ਲਿਆ, ਜਾਂ ਦੁੱਧ ਨੂੰ ਕੀ ਕਰਨਾ ਵੀ ਉਹ ਉਬਾਲ ਕੇ ਰੱਖ ਲੈਣਾ, ਉਹ ਪੀ ਲੈਣਾ ਜੀ। ਦੁੱਧ ਨੂੰ ਇਸ ਤਰ੍ਹਾਂ ਨਹੀਂ ਪੀਣਾ, ਉਹ ਪੱਥਰੀ ਉਹਦੇ ਬਣੂ ਬਣੂਗੀ, ਇਹ ਲਿਖਾ ਹੋਇਆ ਫੀਡ ਤੇ ਜੀ ਜੀ ਜੀ। ਤੇ ਦੁੱਧ ਪੀਣ ਦਾ ਸਹੀ ਤਰੀਕਾ ਕੀ ਆ? ਦੁੱਧ ਪੀਣ ਦਾ ਤਰੀਕਾ ਹੈਗਾ ਮੋਟੀ ਇਲਾਇਚੀ ਸਭ ਤੋਂ ਜ਼ਰੂਰੀ ਆ ਉਹਦੇ ਚ ਪਾਉਣੀ, ਜੇ ਤੁਹਾਡੇ ਕੋਲੇ ਕੱਲੀ ਹੋਰ ਨਹੀਂ ਸਮਾਨ ਤਾਂ ਇਹ ਮੋਟੀ ਇਲਾਇਚੀ ਜ਼ਰੂਰ ਰੱਖੋ ਘਰੇ ਜੀ। ਔਰ ਇਹਦੇ ਨਾਲ ਸੌਂਫ ਹੈ, ਦਾਲਚੀਨੀ ਹੈ, ਲੌਂਗ ਹੈ, ਲੌਂਗ ਦੁੱਧ ਚ ਪਾਉਂਗੇ, ਉਹਦੇ ਨਾਲ ਕੀ ਹੈ ਸਾਹ ਦੀ ਪ੍ਰੋਬਲਮ ਜਿਹੜੀ ਹੈਗੀ ਉਹ ਠੀਕ ਹੋ ਜੂਗੀ। ਅੱਛਾ ਜੀ, ਸਾਹ ਬਹੁਤ ਚੜਦਾ ਲੋਕਾਂ ਨੂੰ। ਬਿਲਕੁਲ ਜੀ ਬਿਲਕੁਲ, ਮੈਂ ਤੁਰਦੇ ਗਏ ਸਾਹ ਬਹੁਤ ਚੜਦਾ, ਮੈਂ ਤੁਰਿਆ ਕਰੋ ਨਾ ਜੀ ਜੀ। ਅੱਜ ਅਮਨ ਜੀ ਇੱਕ ਤੁਹਾਨੂੰ ਹੋਰ ਦੱਸਦਾ ਮੈਂ, ਸਾਡੇ ਦੋਸਤ ਨੇ ਹਾਲੈਂਡ ਨੇ ਉਹ, ਤੇ ਉਹ ਮੈਨੂੰ ਕਹਿੰਦੇ ਤੁਸੀਂ ਇੱਥੇ ਆਓ ਹਾਲੈਂਡ, ਤੇ ਮੈਂ ਕਿਹਾ ਵੀ ਮੈਂ ਹਜੇ ਨਹੀਂ ਆ ਸਕਦਾ ਜੀ, ਮੈਂ ਆਫਟਰ ਮਾਰਚ ਦੇ ਵਿੱਚ ਆ ਸਕਦਾ ਜੀ। ਕਹਿੰਦੇ ਦਰਅਸਲ ਡਾਕਟਰ ਸਾਹਿਬ ਅਸੀਂ ਨਾ ਇੱਕ ਫੰਕਸ਼ਨ ਕਰਨਾ ਸੀਗਾ, ਸਾਡਾ ਇੱਕ ਬੰਦਾ ਵਾ 5 ਕੰਟਰੀਆਂ ਤੁਰ ਕੇ ਜਾਣਾ। ਅੱਛਾ ਜੀ। ਮੈਂ ਕਿੰਨੇ ਕਿਲੋਮੀਟਰ ਬਣ ਗਿਆ? ਕਹਿੰਦੇ 700 ਤੋਂ 1000 ਕਿਲੋਮੀਟਰ ਹੋਊਗਾ ਜੀ ਜੀ। ਮੈਂ ਕਿਹਾ ਉਹ ਬੰਦਾ ਤੁਰਦਾ ਰੋਜ਼ ਜੀ? ਕਹਿੰਦੇ ਹਾਂਜੀ ਤੁਰਦਾ। ਮੈਂ ਕਿੰਨਾ ਤੁਰਦਾ? ਉਹ ਕਹਿੰਦਾ ਹਜੇ ਪ੍ਰੈਕਟਿਸ ਚੱਲ ਰਹੀ ਹੈ, ਵੈਸੇ 30 ਕਿਲੋਮੀਟਰ ਤੁਰਨ ਲੱਗ ਪਿਆ ਜੀ। ਮੈਂ ਕਿਹਾ ਮੇਰੇ ਬੰਦੇ ਨਾਲ ਗੱਲ ਜ਼ਰੂਰ ਕਰਾਇਓ ਜੀ, ਹੁਣ ਮੈਂ ਕੁਛ ਟਿਪਸ ਦੇ ਦੂੰਗਾ, ਉਹਨੂੰ ਹੋਰ ਵਧੀਆ ਲੱਗੂਗਾ ਜੀ ਜੀ ਜੀ। ਇਹ ਰੋਜ਼ ਦਾ ਟੀਚਾ ਰੱਖਿਆ ਵੀ 50 ਕਿਲੋਮੀਟਰ ਰੋਜ਼ ਤੁਰਨਾ। ਵਾਹ ਜੀ ਵਾਹ। ਮੈਂ ਮੇਰੇ ਕਾਰਟੀ ਕਾ 6 ਵਜੇ ਪਿਛਲੇ ਦਿਨ ਪੰਜਾਬੀ ਟਿਊਨ ਚ ਸੀਗਾ ਵੀ ਅਸੀਂ ਤੁਰਨਾ ਹੀ ਭੁੱਲ ਗਏ। ਬਿਲਕੁਲ ਜੀ ਬਿਲਕੁਲ। ਸੋ ਇੱਥੇ ਜਵਾਕਾਂ ਨੂੰ ਕਹੋ ਵੀ ਮੰਨ ਲਓ ਕੋਈ ਬ੍ਰੈਡ ਹੀ ਲਿਆਉਣੀ ਹੈ ਜਾਂ ਕੋਈ ਬਿਸਕੁਟ ਲਿਆਉਣੇ ਆ, ਕੋਈ ਮੰਨ ਲਓ ਆਇਆ ਗਿਆ ਤੇ ਉਹ ਕੈਕ ਮਾਰੇ ਸਕੂਟਰ ਦੀ, ਨਾਲ ਦੀ ਗਲੀ ਚ ਦੁਕਾਨ ਆ ਜੀ ਜੀ। ਸੋ ਇਹ ਜਿਹੜਾ ਤੁਰਨਾ ਹੈਗਾ ਉਹ ਬਹੁਤ ਆਪਣੇ ਲਈ ਫਾਇਦੇਮੰਦ ਹੈ। ਸੋ 45 ਮਿੰਟ ਤੁਰੋ ਔਰ 45 ਮਿੰਟ ਧੁੱਪ ਲਵੋ, ਔਰ ਜਿਹੜਾ ਦੁੱਧ ਪੀਣ ਦਾ ਤਰੀਕਾ ਦੱਸਿਆ ਇਸ ਤਰ੍ਹਾਂ ਹੀ ਪੀਓ, ਕੋਲਡ ਡਰਿੰਕ ਤੇ ਪੱਕੇ ਤੌਰ ਤੇ ਕਾਂਡਾ ਮਾਰ ਦੋ, ਬਾਕੀ ਤੁਸੀਂ ਤੁਹਾਡਾ ਆਪਦਾ ਨਿੱਜੀ ਮਸਲਾ, ਨਿੱਜੀ ਜ਼ਿੰਦਗੀ ਤੁਹਾਡੀ ਜੀ 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 ਜੀ। ਸੋ ਸੇਬ ਦਾ ਸਿਰਕਾ, ਨਿੰਬੂ, ਪੁਦੀਨਾ, ਗਾਜਰ, ਚਕੰਦਰ, ਇਹ ਜਿਹੜੀਆਂ ਚੀਜ਼ਾਂ ਨੇ, ਨਾਸ਼ਪਾਤੀ, ਵਾਈਨ ਦਾ ਇੱਕ ਗਲਾਸ ਵੀ ਲੈ ਸਕਦੇ ਹੋ, ਇਹ ਚੀਜ਼ਾਂ ਆਪਦੀ ਖੁਰਾਕ ਚ ਸ਼ਾਮਲ ਕਰ ਲਓ, ਇਹ ਤੁਹਾਨੂੰ ਪੱਥਰੀ ਨਹੀਂ ਹੋਣ ਦੇਊਗਾ, ਪਿੱਤੇ ਦੀ ਪੱਥਰੀ ਨਹੀਂ ਹੋਣ ਦੇਊਗਾ। ਸੇਬ ਦਾ ਸਿਰਕਾ, ਨਿੰਬੂ, ਗਾਜਰ ਤੇ ਹੋਰ ਕੀ ਡਾਕਟਰ?
ਪੁਦੀਨਾ, ਚੁਕੰਦਰ, ਨਾਸ਼ਪਾਤੀ, ਵਾਈਨ ਦਾ ਗਲਾਸ ਇੱਕ ਲੈ ਸਕਦੇ ਹੋ। ਵਾਹ ਜੀ ਵਾਹ। ਇਹ ਜਿਹੜੀਆਂ ਚੀਜ਼ਾਂ ਦੱਸ ਰਹੇ ਹਾਂ ਇਹ ਆਪਣੇ ਘਰਾਂ ਚ ਹੀ ਪਈਆਂ ਨੇ, ਦਰਅਸਲ ਅਸੀਂ ਉਹਨੂੰ ਸਮਝਦੇ ਕੁਛ ਨੀ। ਜੀ 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 ਜੀ। ਸਾਨੂੰ ਆਦਤ ਪੈ ਗਈ ਗੋਲੀਆਂ ਖਾਣ ਦੀ। ਸੋ ਪੱਥਰ ਚੱਟ ਜਿਹੜਾ ਹੈਗਾ, ਮੈਂ ਪੱਥਰ ਚੱਟ ਦੁਆਰਾ ਆਉਣਾ ਜੀ ਜੀ। ਪੱਥਰ ਚੱਟ ਹੋਰ ਬਹੁਤ ਸਾਰੇ ਲਾਭ ਹੈ ਇਹਦੇ ਜਿਹੜੇ ਆਪਾਂ ਨੂੰ ਪਤਾ ਨੀ ਹੈਗੇ। ਉਦਾਹਰਣ ਦੇ ਤੌਰ ਤੇ ਇਹ ਜਿਹੜਾ ਪੌਦਾ ਕਿੰਨੀ ਦੀ ਪੱਥਰੀ ਨੂੰ ਤੇ ਉਹਨੂੰ ਠੀਕ ਕਰਦਾ ਕਰਦਾ ਬੇਟੇ ਦੀ ਪੱਥਰੀ ਨੂੰ। ਜੀ ਜੀ। ਪੱਥਰ ਚੱਟ ਬਹੁਤ ਸਾਰੇ ਗੁਣ ਇਹੋ ਜਿਹੇ ਜਿਵੇਂ ਬਾਹਰੀ ਰੂਪ ਜਿਹੜਾ ਪ੍ਰਯੋਗ ਕਰੋਗੇ, ਖੂਨ ਵਗਦਾ, ਫੈਂਸੀ ਹੈ, ਕਿਸੇ ਦੇ ਜਲਨ ਹੈ ਜੀ ਜੀ, ਪ੍ਰੋਬਲਮ ਹੈ, ਉਹਦੇ ਤੇ ਲਗਾਇਆ ਜਾ ਸਕਦਾ। ਵਾਹ ਜੀ ਵਾਹ। ਪੱਥਰ ਚੱਟ ਦੇ ਰਸ ਚ ਤੁਸੀਂ ਸੁੰਢ ਦਾ ਚੂਰਨ ਮਿਲਾ ਕੇ ਸੇਵਨ ਕਰੋ, ਇਸ ਨਾਲ ਪੇਟ ਚ ਹੋਣ ਵਾਲਾ ਦਰਦ ਠੀਕ ਹੋ ਜਾਂਦਾ। ਪੱਥਰ ਚੱਟ ਦੇ ਰਸ ਦੇ ਵਿੱਚ ਸੁੰਢ ਮਿਲਾਉਣੀ ਆ? ਪੱਥਰ ਚੱਟ ਦੇ ਰਸ ਚ ਸੁੰਢ ਮਿਲਾਉਣੀ ਆ, ਉਹ ਤੁਸੀਂ ਉਹ ਲਓਗੇ ਪੇਟ ਤੁਹਾਡਾ ਠੀਕ ਹੋ ਜਾਊਗਾ। ਇਹ ਜਿਹੜੇ ਨੁਸਖੇ ਆ ਇਹ ਸਾਡੇ ਦਾਦਾ ਜੀ ਆਮ ਹੀ ਵਰਤਦੇ ਹੁੰਦੇ ਸੀ। ਉਹ ਕਹਿੰਦੇ ਹੁੰਦੇ ਸੀ ਬਈ ਜੇ ਕਿਸੇ ਨੇ ਪੁੱਛਣਾ ਵੀ ਮੈਂ ਨੱਤਾ ਸੇ ਮੇਰੇ ਆਹ ਪ੍ਰੋਬਲਮ ਹੋਗਾ, ਵੀ ਆਹ ਕਰ ਲਾ। ਸੋ ਡਾਕਟਰ ਸਾਹਿਬ, ਇੱਥੇ ਇੱਕ ਵਹਿਮ ਬਣਿਆ ਹੋਇਆ ਵੀ ਜਿਹੜੀ ਸੁੰਡ ਆ ਉਹਨੂੰ ਘੇ ਦੇ ਵਿੱਚ ਸਾੜ ਕੇ ਲੈ ਸਕਦੇ ਆ, ਤੇ ਜੇ ਏਦਾਂ ਕੱਚੀ ਲਈ ਤੇ ਕੋਈ ਗਲੇ ਦੀ ਖਰਾਬੀ ਜਾਂ ਕੁਝ ਹੋਰ ਪ੍ਰੋਬਲਮ ਨਹੀਂ ਆਊਗੀ ਨਾਲ? ਨਹੀਂ, ਪੀਸੀ ਹੁੰਦੀ ਆ ਸੁੰਡ। ਜੀ ਜੀ ਜੀ। ਪੀਸੀ ਸੁੰਡ ਉੱਥੇ ਦੋ ਚਮਚੇ ਪਾਉਣੇ ਆ, ਇੱਕ ਚੁਟਕੀ ਪਾਉਣੀ ਹੁੰਦੀ ਹੈ। ਅੱਛਾ ਜੀ। ਤੇ ਜਿਹੜਾ ਪੱਥਰ ਚੱਟ ਦਾ ਅਰਕ ਆ, ਮਤਲਬ ਉਹ ਕਿੰਨਾ ਕੁ ਹੋਵੇ, ਉਹਦੇ ਵਿੱਚ ਮਾਤਰਾ ਕਿੰਨੀ ਹੋਣੀ ਚਾਹੀਦੀ? ਉਹ ਚਮਚਾ ਹੋਵੇ ਉਹ ਕਿੰਨਾ ਕੁ ਲੈਣਾ? ਜੀ ਜੀ, ਦੋ ਪੱਤਿਆਂ ਦੇ ਵਿੱਚ ਉਹ ਚਮਚਿਆਂ ਦਾ ਅਰਕ ਜਿਹੜਾ ਵਰਕ ਉਹਦਾ ਨਿਕਲ ਜਾਣਾ ਆ। ਹਾਂ ਠੀਕ ਆ ਜੀ। ਸੋ ਪੱਥਰ ਚੱਟ ਜੇ ਪਿਸ਼ਾਬ ਸੰਬੰਧੀ ਜਿੰਨੇ ਵੀ ਰੋਗ ਆ ਉਹ ਸਾਰੇ ਠੀਕ ਹੋ ਜਾਂਦੇ ਆ ਇਹਦੇ। ਮਤਲਬ ਜੇ ਤੁਸੀਂ ਪੱਥਰ ਚੱਟ ਨੂੰ ਵੈਸੇ ਲੈਣੇ ਆ ਤਾਂ ਕਾੜਾ ਬਣਾ ਕੇ ਲੈਣੇ ਆ, ਇਹ ਚੀਜ਼ਾਂ ਬਹੁਤ ਵਧੀਆ ਨੇ, ਬਹੁਤ ਇਹਦੇ ਵਧੀਆ ਰਿਜ਼ਲਟ ਨੇ। ਜੀ 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 ਜੀ। ਤੇ ਕਾੜਾ ਕਿਵੇਂ ਬਣ ਸਕਦਾ ਪੱਥਰ ਚੱਟ ਦਾ? ਕੀ ਕੀ ਵਿੱਚ ਪਾਉਣਾ ਹੋਰ ਇਹਦੇ ਨਾਲ? ਕੁਛ ਨੀ ਪਾਉਣਾ ਵਿੱਚ, ਹੋਰ ਪਾਣੀ ਦੇ ਵਿੱਚ, ਪਾਣੀ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਉਬਾਲ ਲਓ, ਬਸ ਕਾੜਾ ਬਣ ਗਿਆ ਉਹ। ਵਾਹ ਜੀ। ਕੋਈ ਨਮਕ, ਕੋਈ ਮਿੱਠਾ ਕੁਛ ਨੀ ਪਾਉਣਾ? ਕੋਈ ਲੋੜ ਨੀ ਪਾਉਣ ਦੀ। ਜੀ 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 ਜੀ। ਸੋ ਕਿੱਤੇ ਦੀ ਜਿਹੜੀ ਰਖਵਾਲੀ ਸਾਡੀ ਰਸੋਈ ਹੈ, ਰਸੋਈ ਦੇ ਵਿੱਚ ਕੀ ਕੀ ਸਮਾਨ ਪਿਆ ਜੀ ਤੁਹਾਨੂੰ ਮੈਂ ਦੱਸਣਾ। ਕਾਲੀ ਮਿਰਚ, ਸੁੰਢ, ਮਗਾਂ, ਜੀਰਾ, ਜਮੈਣ, ਅਨਾਰਦਾਨਾ। ਕਾਲੀ ਮਿਰਚ, ਸੁੰਢ, ਕਾਲੀ ਮਿਰਚ, ਸੁੰਢ, ਮਗਾਂ, ਜੀਰਾ, ਜਮੈਣ, ਅਨਾਰਦਾਨਾ। ਮਗਾਂ, ਅਨਾਰਦਾਨਾ, ਹਾਂ 20 ਗ੍ਰਾਮ ਲੈਣੀ ਹੈ। 100 ਗ੍ਰਾਮ ਕਾਲਾ ਨਮਕ, 100 ਗ੍ਰਾਮ ਪੁਦੀਨਾ ਸੁੱਕਿਆ ਹੋਇਆ। ਹਰ ਰੋਜ਼ ਇਹਨੂੰ ਸਾਰਿਆਂ ਨੂੰ ਪੀਸ ਲਓ, ਸਾਰੇ ਸਮਾਨ ਨੂੰ ਹਰ ਰੋਜ਼ ਇੱਕ ਚਮਚਾ ਦਹੀਂ ਚ ਪਾ ਕੇ ਲਓ। ਪੇਟ ਦੇ ਰੋਗ ਠੀਕ ਹੋਣਗੇ, ਕਦੇ ਪੱਥਰੀ ਨਹੀਂ ਬਣੂਗੀ ਪਿੱਤੇ ਚ। ਵਾਹ ਜੀ ਵਾਹ। ਹਾਂ, ਜਿਹੜਾ ਜੂਸ ਤੁਹਾਨੂੰ ਮੈਂ ਅੱਗੇ ਦੱਸਿਆ ਜੀ, ਅੱਜ ਇੱਕ ਸਪੈਸ਼ਲ ਜੂਸ ਦਾ ਜਿਹੜਾ ਮੈਂ ਆਰਟੀਕਲ ਚ ਲਿਖਿਆ ਸੀ, ਪਿਛਲੇ ਦਿਨ ਮੇਰਾ ਆਰਟੀਕਲ ਛਪਿਆ, ਉਹ ਹੈਗਾ ਚਕੰਦਰ, ਨਾਸ਼ਪਾਤੀ, ਸੇਬ ਵਾਸਤੇ ਨਹੀਂ ਲੈ ਲਓ, ਹੋਰ ਕੋਈ ਨੀ ਚੀਜ਼ ਲੈਣ ਦੀ ਲੋੜ। ਚਕੰਦਰ ਤੇ ਨਾਸ਼ਪਾਤੀ ਤੇ ਸੇਬ, ਤਿੰਨਾਂ ਦਾ ਜੂਸ ਬਣਾਉਣਾ? ਜੂਸ ਪੀਓਗੇ ਤੁਹਾਨੂੰ ਕਦੇ ਵੀ ਇਹਦੀ ਪ੍ਰੋਬਲਮ ਨਹੀਂ ਆਊਗੀ। ਵਾਹ ਜੀ ਵਾਹ। ਸੋ ਇਹਨੂੰ ਤੁਸੀਂ ਜਿਹੜਾ ਹੈਗਾ, ਜੇ ਮੰਨ ਲਓ ਕਿਸੇ ਦੀ ਪੱਥਰੀ ਹੈ ਉਹ ਪੀ ਲੂਗਾ, ਉਹਦੀ ਪੱਥਰੀ ਵੀ ਨਿਕਲ ਜੂਗੀ। ਜੀ ਜੀ। ਜਿਹਦੇ ਨਹੀਂ ਹੈਗੀ ਉਹ ਪੀਵੇ ਕਿ ਉਹਦੇ ਬਣੇ ਨਾ? ਹਾਂ, ਉਹਦੇ ਬਣੇ। ਜੀ 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 ਜੀ। ਸੋ ਇਹਦੇ ਵਿੱਚ ਸਾਡੇ ਕੋਲ ਇਲੈਕਟ੍ਰੋਪੈਥ ਸਾਡੇ ਅਰਕ ਨੇ, ਉਹ ਬਹੁਤ ਵਧੀਆ ਇਹਦੇ ਹੈਗੇ ਆ, ਉਹ ਵੀ ਮੈਂ ਬੋਲ ਦਿੰਦਾ ਸਿੱਧਾ ਹੀ। S3L1 ਵਾਈਟ ਇਹ ਖਾਣੇ ਤੋਂ ਪਹਿਲਾਂ ਲੈਣੀ ਆ, C3A3 ਯੈਲੋ ਇਹ ਜਿਹੜੀ ਹੈਗੀ ਆ ਇਹ ਖਾਣੇ ਤੋਂ ਬਾਅਦ ਲੈਣੀ ਆ। ਇਹਦੇ ਨਾਲ R24 ਡ੍ਰੋਪਸ ਹੁੰਦੇ ਨੇ ਜਿਹੜੇ ਅਸੀਂ ਦਿੰਦੇ ਆ, ਜਾਂ ਗੋਲੀ ਵੀ ਲੈ ਸਕਦੇ ਹੋ R24। ਸੋ ਇਹ ਜਿਹੜੀ ਹੈਗੀ ਹੈ ਲਗਾਤਾਰ ਬੰਦੇ ਨੂੰ 3 ਕੁ ਮਹੀਨੇ ਦੇ ਦੋ ਔਰ ਬਸ ਵਧੀਆ ਹੈ। ਉਸ ਤੋਂ ਬਾਅਦ ਆਪਦੀ ਜ਼ਿੰਦਗੀ ਵਿੱਚ ਪੱਕੇ ਤੌਰ ਤੇ ਪੱਥਰ ਚੱਟ ਨੂੰ ਸ਼ਾਮਲ ਕਰ ਲਓ। ਤੇ ਡਾਕਟਰ ਸਾਹਿਬ, ਇੱਕ ਚੀਜ਼ ਹੋਰ ਹੈਗੀ ਆ ਤੇ ਕਈਆਂ ਦੇ ਮਨ ਦੇ ਵਿੱਚ ਇਹ ਵੀ ਸਵਾਲ ਹੋਊਗਾ ਕਿ ਜੀ ਸਾਡੇ ਪੱਥਰੀ ਹੋ ਸਕਦੀ ਆ ਜਾਂ ਪੱਥਰੀ ਹੈਗੀ ਆ, ਅਸੀਂ ਕੋਈ ਟੈਸਟ ਨਹੀਂ ਕਰਾਇਆ, ਦਰਦ ਵੀ ਨਹੀਂ ਹੋ ਰਿਹਾ, ਤੇ ਕਿਵੇਂ ਪਤਾ ਲੱਗੂਗਾ ਕਿ ਉਹਨਾਂ ਦੇ ਸਰੀਰ ਦੇ ਵਿੱਚ ਪੱਥਰੀ ਹੈ, ਤੇ ਕੀ ਕੀ ਲੱਛਣ ਆ ਸਰੀਰਕ ਤੌਰ ਤੇ, ਕੀ ਕੀ ਲੱਛਣ ਆ ਉਹਨਾਂ ਦੇ ਜਿਹੜੇ ਪਹਿਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਦੇ ਆ? ਦਰਦ ਹੁੰਦਾ ਬਸ, ਪਹਿਲੀ ਗੱਲ ਜਦੋਂ ਦਰਦ ਹੁੰਦਾ ਤੁਸੀਂ ਸਮਝ ਲਓ, ਜੇ ਵੈਸੇ ਤੁਸੀਂ 3 ਮਹੀਨੇ ਆਪਦੇ ਕੋਈ ਟੈਸਟ ਕਰਾਉਣੇ ਆ, ਸਾਰੇ ਟੈਸਟ ਕਰਵਾਓ, ਅੱਜ ਕੱਲ 1000-1200 ਲੱਗਦਾ ਜੀ, ਤੇ ਉਹ ਤੁਸੀਂ ਕਰਵਾਓ, ਉਹਦੇ ਵਿੱਚ ਸਾਰਾ ਕੁਝ ਆ ਜਾਂਦਾ ਹੈਗਾ। ਜੇ ਉਹਨੂੰ ਮੰਨ ਲਓ ਪ੍ਰੋਬਲਮ ਹੈ ਕੋਈ ਇਹੋ ਜੀ, ਸਕੈਨਿੰਗ ਹੀ ਕਰਵਾਉਣੀ ਪਹਿਲੇ ਸਭ ਤੋਂ, ਮੈਨੂੰ ਤਾਂ ਗੱਲ ਇਹੀ ਆ ਜੀ। ਹਾਂਜੀ ਬਿਲਕੁਲ, ਇਹਦੀ ਤੁਸੀਂ ਸਕੈਨ ਕਰਨ ਲੱਗਦੇ ਹੋ ਪਤਾ ਲੱਗ ਜਾਂਦਾ ਹੈਗਾ, ਕੋਈ ਖਾਸ ਗੱਲ ਨਹੀਂ।
ਨਹੀਂ ਨਹੀਂ ਮੇਰੇ ਪੁੱਛਣ ਦਾ ਮਤਲਬ ਇਹ ਸੀਗਾ ਕਿ ਜੇ ਮਤਲਬ ਕਿਸੇ ਦੇ ਮਨ ਦੇ ਵਿੱਚ ਵਹਿਮ ਹੋਵੇ ਕਿ ਮੇਰੇ ਪੱਥਰੀ ਨਾ ਹੋਵੇ, ਉਹ ਤਾਂ ਸਕੈਨਿੰਗ ਕਰਵਾਊਗਾ ਕਰਵਾਊਗਾ, ਕਿਉਂਕਿ ਆਪਣੇ ਜਿਹੜੇ ਆਯੁਰਵੇਦ ਆ ਇਹ ਕਹਿੰਦਾ ਆ ਕਿ ਕੁਝ ਕਿਸੇ ਵੀ ਚੀਜ਼ ਦੀਆਂ ਕੁਝ ਅਲਾਮਤਾਂ ਹੁੰਦੀਆਂ, ਕੁਝ ਨਿਸ਼ਾਨੀਆਂ ਹੁੰਦੀਆਂ ਆ, ਵੀ ਹੁਣ ਤਾਂ ਚਲੋ ਸਕੈਨਿੰਗ ਹੈਗੀ ਹੈ ਮੇਨ, ਪਹਿਲੇ ਸਮੇਂ ਦੇ ਵਿੱਚ ਜਾਂ ਮਤਲਬ ਇਸ ਚੀਜ਼ ਨੂੰ ਪਹਿਚਾਨਣ ਦੇ ਲਈ ਸ਼ੁਰੂ ਸ਼ੁਰੂ ਦੇ ਵਿੱਚ ਕਿਹੜੀਆਂ ਬੰਦੇ ਨੂੰ ਕਿਵੇਂ ਫੀਲ ਹੁੰਦਾ ਹੈ ਕਿ ਮੇਰੇ ਪੱਥਰੀ ਆ, ਜਾਂ ਕੀ ਚੀਜ਼ ਰੁਕਾਵਟ, ਕਿਸ ਚੀਜ਼ ਦੀ ਰੁਕਾਵਟ ਉਹਨੂੰ ਮਹਿਸੂਸ ਹੁੰਦੀ ਹੈ ਅੰਦਰੂਨੀ ਤੌਰ ਤੇ? ਕਿਡਨੀ ਦੀ ਪੱਥਰੀ ਵਿੱਚ ਜਿਹੜੀ ਹੈਗੀ ਆ ਉਹ ਉਹਦੇ ਪਿਸ਼ਾਬ ਨਾਲ ਰਿਲੇਟਡ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀਆਂ, ਜੀ ਜੀ ਪਿਸ਼ਾਬ ਘੱਟ ਆਉਂਦਾ ਹੈ ਜੀ ਤੇ ਉਹਦੇ ਵਿੱਚ ਪਾਣੀ ਵਧਾ ਲਓ ਜਿੰਨਾ ਵਧਾ ਸਕਦੇ ਤੁਸੀਂ। ਜੀ 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 ਪੱਥਰੀ ਦਾ ਮਰੀਜ਼ ਕਿਹੇ ਜਗ੍ਹਾ ਤੇ ਵੀ ਆ ਉਹਨੂੰ ਪਾਣੀ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਡਾਕਟਰ ਇੱਕ ਚੀਜ਼ ਹੋਰ ਆ, ਕਹਿੰਦੇ ਕਿ ਜਿਹੜਾ ਜਿਹਦੇ ਇਨਸਾਨ ਦੇ ਪੱਥਰੀ ਆ ਨਾ ਉਹ ਬੈਂਗਣ ਖਾ ਸਕਦਾ, ਨਾ ਟਮਾਟਰ ਲੈ ਸਕਦਾ, ਮਤਲਬ ਨਾ ਉਹ ਦਾਲਾਂ ਲੈ ਸਕਦਾ ਤੇ ਨਾ ਹੀ ਚੌਲ ਖਾ ਸਕਦਾ, ਇਹ ਕਿਉਂ ਇੰਨੀਆਂ ਚੀਜ਼ਾਂ ਕਿਉਂ ਬਣਾਈਆਂ ਗਈਆਂ ਇਹ ਵੀ ਆਹ ਚੀਜ਼ ਨਹੀਂ ਖਾ ਸਕਦੇ? ਦੇਖੋ ਉਹ ਤਾਂ ਪਰਹੇਜ਼ ਤਾਂ ਕਰਨੀ ਪੈਣੀ ਹੈ ਨਾ ਜੀ, ਜੀ ਜੀ ਪਰਹੇਜ਼ ਤਾਂ ਕਰਨੀ ਪੈਣੀ ਹੈ, ਇਹ ਜ਼ਰੂਰੀ ਹੈ। ਜੇ ਆਪਾਂ ਪਰਹੇਜ਼ ਨਹੀਂ ਕਰਾਂਗੇ ਤੇ ਪ੍ਰੋਬਲਮ ਆਊਗੀ। ਨਹੀਂ ਨਹੀਂ ਚਲੋ ਪਹਿਲਾਂ ਤੇ ਆਪਾਂ ਇਹ ਸਾਰੀਆਂ ਚੀਜ਼ਾਂ ਲੈਂਦੇ ਹੀ ਸੀ, ਜਿੱਦਣ ਪਤਾ ਲੱਗ ਜਾਂਦਾ ਉਦਣ ਇਹ ਚੀਜ਼ਾਂ ਇਹ ਨਿਸ਼ਾਨੀਆਂ ਵੀ ਮਤਲਬ ਬੀ ਵਾਲੀਆਂ ਚੀਜ਼ਾਂ ਲੈਣ ਨਾਲ ਕੀ ਹੋਊਗਾ? ਬੀ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ, ਉਹ ਪੱਥਰੀ ਪੈਦਾ ਕਰਦੀਆਂ ਨੇ ਜੀ, ਤੇ ਉਹ ਇਸ ਲਈ ਆਪਾਂ ਮਨਾ ਕਰਦੇ ਹਾਂ। ਜੀ ਜੀ ਹੋਰ ਕੋਈ ਗੱਲ ਨਹੀਂ। ਜੀ ਜੀ ਇਹਦੇ ਪਿੱਛੇ ਹੋਰ ਲੌਜਿਕ ਤਾਂ ਨਹੀਂ ਕਿ ਵੀ ਮਤਲਬ ਜਿਹੜੇ ਬੀ ਆ ਉਹ ਪੱਥਰੀ ਦੇ ਨਾਲ ਚਿਪਕ ਕੇ ਹੋਰ ਜ਼ਿਆਦਾ ਪੱਥਰੀ ਦੇ ਵਿੱਚ ਵਧਾ ਕਰ ਸਕਦੇ ਆ, ਤਾਂ ਕਰਕੇ ਇਹ ਆਪਾਂ ਨਹੀਂ ਲੈਣੇ? ਪੱਥਰੀ ਜਿਹੜੀ ਹੈਗੀ ਆ, ਪੱਥਰੀ ਜਿਹੜੀ ਹੈਗੀ ਉਹ ਇਹ ਜਿਹੜੇ ਬੀ ਆ ਉਹ ਪੱਥਰੀ ਪੈਦਾ ਕਰਦੇ ਨੇ, ਇਸ ਲਈ ਆਪਾਂ ਉਹਨਾਂ ਨੂੰ ਕਰਦੇ ਆ ਜੀ, ਉਹਨੂੰ ਆਪਾਂ ਰੋਕਦੇ ਆ ਵੀ ਇਹ ਨਾ ਖਾਓ ਜੀ, ਕਈ ਚੀਜ਼ਾਂ ਜਿਹੜੀਆਂ ਆਪਾਂ ਉਹਨਾਂ ਨੂੰ ਰੋਕਦੇ ਆ। ਜੀ ਜੀ ਉਹਨਾਂ ਵਿੱਚ ਟਮਾਟਰ ਹੈ, ਉਹਨੇ ਤੁਸੀਂ ਜਿਹੜਾ ਬੋਲ ਰਿਹਾ ਚੀਜ਼ਾਂ ਹੀ ਹੈਗੀਆਂ, ਭਿੰਡੀ ਹੈ ਜੀ, ਜਿਹਦੇ ਬੀ ਅਮਰੂਦ ਹੈ ਜੀ, ਉਹ ਚੀਜ਼ਾਂ ਨੂੰ ਆਪਾਂ ਲੈਣਾ ਹੈਗਾ। ਫਿਰ ਉਸੇ ਇੱਕ ਚੀਜ਼ ਹੋਰ ਹੈ ਕਿ ਕਈ ਵਾਰ ਇਹ ਸੋਚ ਜਾਂਦਾ ਹੈ ਕਿ ਜਿਹੜਾ ਆਯੁਰਵੈਦਿਕ ਹੈ ਜਾਂ ਮਤਲਬ ਹੋਰ ਕੋਈ ਇਲਾਜ ਆ ਉਹ ਜ਼ਿਆਦਾ ਲੰਮੇ ਸਮੇਂ ਤੱਕ ਚੱਲਦਾ ਤੇ ਦਰਦ ਮੇਰੇ ਤੋਂ ਸਹਿ ਨਹੀਂ ਹੁੰਦਾ ਤੇ ਫਟਾਫਟ ਆਪਰੇਸ਼ਨ ਕਰਵਾ ਲੈਂਦੇ ਆ, ਕੀ ਆਪਰੇਸ਼ਨ ਸਹੀ ਤਰੀਕੇ ਦੇ ਨਾਲ ਜਾਂ ਮਤਲਬ ਕੋਈ ਵੀ ਆਪਰੇਸ਼ਨ ਜਦੋਂ ਹੁੰਦਾ ਆ ਕੀ ਪੱਥਰੀ ਮੁੜ ਕੇ ਨਹੀਂ ਹੁੰਦੀ, ਕੀ ਇਸ ਚੀਜ਼ ਦੀ ਉਹ ਗਰੰਟੀ ਦੇ ਪਾਉਂਦੇ ਜਾਂ ਇਹ ਪੱਥਰੀ ਦੁਆਰਾ ਫੇਰ ਹੋ ਜਾਂਦੀ ਆਪਰੇਸ਼ਨ ਤੋਂ ਬਾਅਦ ਵਿੱਚ ਵੀ? ਜਦੋਂ ਪਿੱਟਾ ਹੀ ਕੱਢਤਾ ਫਿਰ ਗੱਲ ਹੀ ਖਤਮ ਹੋ ਗਈ ਜੀ, ਕੱਢ ਦਿੱਤਾ ਪੱਥਰੀ ਉੱਥੇ ਕਿੱਥੇ, ਜਦੋਂ ਉਦੋਂ ਬਾਅਦ ਹੋਣੀ ਨੀ ਉਹਦੇ। ਜੀ ਜੀ ਗੁਰਦੇ ਦੀ ਗੱਲ ਦੀ ਕਰਦੇ ਆਪਾਂ, ਜਿਹੜੀ ਗੁਰਦੇ ਦੀ ਗੱਲ ਕਰਦੇ ਆ, ਗੁਰਦੇ ਚ ਜਦੋਂ ਪੱਥਰੀ ਹੋ ਗਈ ਤੁਸੀਂ ਓਪਰੇਟ ਕਰਦਾ ਦੁਬਾਰਾ ਫੇਰ ਹੋ ਜਾਣੀ ਹੈ ਜੀ। ਇਵੇਂ ਜਿਵੇਂ ਅੱਗੇ ਮੈਂ ਦੱਸਦਾ ਹੁੰਦਾ ਜਿਹੜੀ ਲੇਡੀਜ਼ ਨੇ ਉਹਨਾਂ ਦੇ ਮਤਲਬ ਰਸੌਲੀਆਂ ਨੇ, ਯੂਟਰਸ ਗੰਢਾਂ ਨੇ ਕਿਸੇ ਕਿਸਮ ਦੀ, ਉਹ ਫਿਰ ਦੁਬਾਰਾ ਓਪਰੇਟ ਕਰਾਂਗੇ ਫਿਰ ਦੁਬਾਰਾ ਹੋ ਜਾਂਦੀਆਂ ਨੇ। ਜੀ 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 ਓਪਰੇਟ ਤੋਂ ਬਚੋ, ਜਿਹੜਾ ਮੇਨ ਹੈਗਾ ਆਈ ਆਈ ਆਪਾਂ ਠੀਕ ਹੋ ਜਾਵਾਂਗੇ। ਜੀ ਜੀ ਮਸਲਾ ਠੀਕ ਆ ਜੀ, ਠੀਕ ਆ ਜੀ। ਤੇ ਡਾਕਟਰ ਸਾਹਿਬ ਇਹ ਜਿਹੜਾ ਇਲਾਜ ਆ ਪੱਥਰੀ ਦਾ, ਜਿਹੜੀਆਂ ਦਵਾਈਆਂ ਆ, ਕਿੰਨੇ ਸਮੇਂ ਦੇ ਲਈ ਇਹ ਜਿਹੜੀਆਂ ਮਤਲਬ ਘਰੇਲੂ ਰਸੋਈ ਦੇ ਵਿੱਚ ਜਿਹੜੀਆਂ ਆ ਇਹ ਕਿੰਨੇ ਸਮੇਂ ਦਾ ਪ੍ਰੋਸੀਜਰ ਆ ਜਿਹਦੇ ਨਾਲ ਪੱਥਰੀ ਪੂਰੀ ਜੜੋਂ ਨਿਕਲ ਜਾਂਦੀ ਆ? ਦੇਖੋ ਪੱਥਰੀ ਜਦੋਂ ਨਿਕਲ ਜਾਂਦੀ ਡਿਪੈਂਡ ਕਰਦਾ ਬੋਡੀ ਟੂ ਬੋਡੀ, ਵੇਟ ਟੂ ਵੇਟ ਜੀ, ਸੋ ਉਹਦੀ ਖੁਰਾਕ ਕੀ ਹੈ ਜੀ, ਮੇਨ ਮੇਨ ਇਹਦਾ ਖਾਣਾ ਪੀਣਾ ਹੈ ਉਹ ਆ ਜੀ। ਜਿਹੜੀ ਮੈਂ ਤੈਨੂੰ ਗੱਲਾਂ ਦੱਸੀਆਂ ਵੀ ਜਿਹੜੀਆਂ ਆਪਾਂ ਗੱਲ ਕਰਦੇ ਹਾਂ, ਨਾਰੀਅਲ, ਇਲਾਇਚੀ, ਜਾਮਣ, ਆਮਲਾ, ਜਿਹੜੇ ਮਿਸ਼ਰੀ ਸੌਂਫ ਆ, ਤੁਲਸੀ ਦੇ ਬੀਜ ਬੋਲੇ ਜਿਹੜੇ ਮੈਂ, ਜੀ ਜੀ ਇਹ ਚੀਜ਼ਾਂ ਰੂਟੀਨ ਚ ਵੈਸੇ ਲੈਂਦੇ ਰਹੋ, ਪੱਥਰੀ ਝੱਟ ਵੈਸੇ ਖਾਂਦੇ ਰਹੋ, ਤੁਹਾਨੂੰ ਪੱਥਰੀ ਹੋਊਗੀ ਨੀ। ਜੀ 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 ਹਾਂ, ਜਦੋਂ ਤੁਹਾਨੂੰ ਹੋ ਗਈ ਉਹ ਤਾਂ ਦਵਾਈ ਲੈਣੀ ਪੈਣੀ ਹੈ ਨਾ ਇਮੀਡੀਏਟਲੀ ਜੀ। ਹਾਂ ਉਹ ਦਵਾਈ ਆਪਣੇ ਕੋਲ ਦੇਸੀ ਹੈ, ਅਰਖ ਹੈ, ਉਹ ਤੁਸੀਂ ਲਓ ਤੇ ਠੀਕ ਹੋ ਜਾਓਗੇ। ਬਿਲਕੁਲ ਜੀ ਬਿਲਕੁਲ, ਮੀਨਸ ਕਿ ਮਤਲਬ ਸਾਰੀਆਂ ਚੀਜ਼ਾਂ ਹੈਗੀਆਂ ਪਰ ਉਹਨਾਂ ਦੀ ਵਰਤਣ ਦਾ ਤਰੀਕਾ ਮਿਕਦਾਰ ਦਾ ਪਤਾ ਨਹੀਂ, ਵੱਧ ਘੱਟ ਹੋ ਜਾਂਦੀ ਤਾਂ ਕਰਕੇ ਅਸੀਂ ਉਹਨਾਂ ਚੀਜ਼ਾਂ ਨੂੰ ਵਰਤ ਨਹੀਂ ਪਾਉਂਦੇ। ਨਹੀਂ ਕੋਈ ਨੁਕਸਾਨ ਨੀ, ਕਿਚਨ ਦਾ ਜਿਹੜਾ ਕੋਈ ਮੰਨ ਲਓ ਕਾਲੀ ਮਿਰਚ ਸੁੰਡ ਮੰਗਾ ਹੈਗਾ, ਚੁਟਕੀ ਚੁਟਕੀ ਵੈਸੇ ਲਟਰੀਨ ਚ ਲੈਂਦੇ ਰਹੋ, ਚੱਕਰ ਤਾਂ ਇਹ ਨਾ ਸਾਡਾ ਸਟੇਟਸ ਹੋ ਗਿਆ ਆਈ, ਸਾਨੂੰ ਤਾਂ ਗੋਲੀਆਂ ਖਾਣ ਦੀ ਆਦਤ ਪੈ ਗਈ ਜੀ। ਹਾਂ ਗੋਲੀ ਕੋਈ ਚੀਜ਼ ਆ, ਇੱਥੇ ਮੈਂ ਪਿਛਲੇ ਦਿਨ ਬੋਲਦਾ ਪਿਆ ਸੀ ਜੂਸ ਪੀ ਲਓ, ਅਮੈਰੀਕਾ ਰੇਡੀਓ ਤੇ ਬੋਲਦਾ ਪਿਆ ਸੀ ਤੇ ਉਹ ਕਹਿੰਦੇ ਡਾਕਟਰ ਸਾਹਿਬ ਜੀ ਗੋਲੀ ਨੀ ਮਾਰੀ ਤੁਸੀਂ, ਜੂਸ ਦੀ ਕੁਛ ਭਾਲਦੇ ਹੁਣ। ਜੀ 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 ਜਿਹੜਾ ਜੂਸ ਹੈ ਉਹ ਮੈਂ ਦੱਸਿਆ ਵੀ ਹੁਣ ਉਹ ਚ ਤਕਰੀਬਨ 22 ਚੀਜ਼ਾਂ ਪੈਂਦੀਆਂ ਜੂਸ ਚ, ਜੀ ਉਹ ਚ ਕੁਛ ਚੀਜ਼ਾਂ ਹੈ ਨੀ ਗੀਆਂ, ਘੱਟ ਫਿਰ ਹੋ ਗਿਆ, ਤੁਸੀਂ ਜੂਸ ਪੀ ਲਓ।
ਜੀ ਤੇ ਕਹਿੰਦੇ ਇਸ ਤਰ੍ਹਾਂ ਦੀ ਕੋਈ ਚੀਜ਼ ਤਿਆਰ ਕਰ ਦੋ ਤੁਸੀਂ ਵੀ ਸਾਨੂੰ ਸੌਖਾ ਹੋ ਜਾਵੇ, ਕਿਉਂਕਿ ਸਾਡੇ ਕੋਲ ਟਾਈਮ ਨੀ ਹੁੰਦਾ। ਹਾਂ ਜੇਬੀ ਚ ਪਾ ਲਈ ਜਾਵੇ ਗੋਲੀ, ਉਹ ਤਾਂ ਕੋਈ ਵੱਡੀ ਗੱਲ ਨੀ, ਜੇ 3 ਟਾਈਮ ਵੀ ਲੈਣੀ ਹੋਵੇ ਤਾਂ। ਹਾਂ ਉਹ ਤਾਂ ਜਿੰਨੀ ਮਰਜ਼ੀ ਗੋਲੀ, ਜਿੰਨੀ ਮਰਜ਼ੀ ਖੋਦ ਲੋਕਾਂ ਨੂੰ, ਉਹ ਤਾਂ ਬੜੇ ਤਿਆਰ ਹੈ। ਸੋ ਗੋਲੀਆਂ ਵੱਲ ਇੰਨਾ ਰੁਝਾਨ ਕਿਉਂ ਆ? ਗੋਲੀਆਂ ਵਾਲੇ ਇਹਨਾਂ ਦੇ ਜਾਣ ਕੇ ਆਉਣ, ਜਿੱਥੇ ਪੈਸੇ ਖੁੱਲੇ ਆ ਗਏ, ਜੀ ਸਾਡੇ ਦਾਦੇ ਪੜਦਾਦੇ ਪੈਸੇ ਕਮਾ ਗਏ, ਅਸੀਂ ਹੁਣ ਉਹਨੂੰ ਉਡਾਈ ਜਾਂਦੇ ਉਹਨਾਂ ਨੂੰ, ਉਹ ਚੀਜ਼ਾਂ ਨੂੰ ਅਸੀਂ ਬੈਠੇ ਰਹਿੰਦੇ ਹਾਂ। ਐ ਮਤਲਬ ਬਿਜ਼ੀ ਸਾਰਾ ਹੋਇਆ ਪੰਜਾਬ, ਦੋ ਦੋ ਮੋਬਾਈਲ ਕੋਲੇ, ਜੀ ਆਊਟਪੁੱਟ 0 ਆ ਸਾਲ ਦੀ। ਵਾਹ, ਤੋ ਇਹ ਜਿਹੜੀ ਚੀਜ਼ਾਂ ਨੇ, ਸਾਡਾ ਸਟੇਟਸ ਹਾਈ ਹੋ ਗਿਆ, ਸਾਡਾ ਧਿਆਨ ਨੀ ਸਾਡਾ ਹੋਰ ਪਾਸੇ ਆ। ਮੈਂ ਕਹਿ ਗੱਲਾਂ, ਧਿਆਨ ਸਾਡਾ ਵੱਡੇ ਮੋਬਾਈਲ ਲੈਣ, ਵੱਡੇ ਲੈਪਟਾਪ ਵੱਲ, ਵੱਡੀ ਗੱਡੀ ਵੱਲ, ਸਾਡਾ ਧਿਆਨ ਇੱਧਰ ਨੀ ਹੈ। ਹੁਣ ਪਿਛਲੇ ਦਿਨ ਮੇਰੇ ਕੋਲ ਇੱਕ ਪੇਸ਼ੈਂਟ ਆਇਆ ਜਗਰਾਉਂ ਤੋਂ, ਮੈਂ ਉਹਨੂੰ ਕਿਹਾ ਵੀ ਤੁਸੀਂ ਨਾ ਇੱਕ ਮਸ਼ੀਨ ਆ V3 ਜੀ, V3 ਮਸ਼ੀਨ ਹੈ ਇੱਕ ਕੋਰੀਆ ਦੀ, ਜੀ ਉਹ ਬੈਡ ਜੀ, ਤੁਸੀਂ ਉਹਨੂੰ ਆਪਦੇ ਘਰੇ ਲਿਆਂਦਾ, ਜਾਂ ਮੰਨ ਲਓ ਉਹ ਤੁਸੀਂ ਤੁਹਾਡੀ ਫੈਮਿਲੀ ਨੂੰ ਕਦੇ ਪ੍ਰੋਬਲਮ ਨੀ ਆਊਗੀ, ਉਹ ਰੀੜ ਦੀ ਹੱਡੀ ਦੀ ਮਸਾਜ ਕਰਦੀ ਹੈ। ਜੀ ਆਪਣੇ ਹਿੰਦੁਸਤਾਨ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਉਹਨੂੰ ਸੈਂਟਰ ਬਣੇ ਹੋਏ ਆ, ਜੀ ਉੱਥੇ ਜਿਹੜੇ ਲੋਕ ਜਾਂਦੇ ਆ ਪਿੰਡਾਂ ਚੋਂ ਸ਼ਹਿਰਾਂ ਚੋਂ, ਲੋਕ ਲੈਣ ਲੱਗੀ ਹੁੰਦੀ ਹੈ ਥੈਰੇਪੀ ਲੈਣ ਲਈ, ਫ੍ਰੀ ਦਿੰਦੇ ਥੈਰੇਪੀਆਂ ਜੀ। ਇਹ ਬਹੁਤ ਵੱਡੀ ਜਾਣਕਾਰੀ ਹੈ, ਇਹਦਾ ਮੈਂ ਆਰਟੀਕਲ ਵੀ ਲਿਖਿਆ ਸੀ ਪੰਜਾਬੀ ਜਾਗਰਣ ਚ ਆਇਆ ਸੀਗਾ, ਦੁਬਾਰਾ ਰਿਪੀਟ ਕਰੂੰਗਾ ਮੈਂ। ਜੀ ਜੀ ਬਿਲਕੁਲ ਜੀ, ਉਹ ਕਿ ਰੀੜ ਦੀ ਹੱਡੀ ਆ ਸਾਰੀਆਂ ਆਪਣੀਆਂ ਨਾੜਾਂ ਰੀੜ ਦੀ ਹੱਡੀ ਵਿੱਚ ਜਾਂਦੀਆਂ ਨੇ, ਔਰ ਜਦੋਂ ਤੁਸੀਂ ਉੱਥੇ ਮਸਾਜ ਹੁੰਦੀ ਹੈ 60 temperature ਹੁੰਦਾ ਉਹਦਾ ਜੀ। ਉਸ ਬੰਦੇ ਨੂੰ ਸ਼ੂਗਰ ਵੀ ਸੀ, ਬੀਪੀ ਵੀ ਸੀ, ਮੈਂ ਕਿਹਾ ਤੁਸੀਂ ਜੀ ਬਹੁਤ ਅਮੀਰ ਬੰਦਾ ਹੈ ਤੇ ਮੈਂ ਕਿਹਾ ਤੁਸੀਂ ਇਹ ਮਸ਼ੀਨ ਲੈ ਲਓ ਤੁਸੀਂ, ਤੇ ਫਿਰ ਤੁਸੀਂ ਸਮਝ ਲਓ ਵੀ ਤੁਸੀਂ ਆਪਦੇ ਆਪ ਦੇ ਪੈਸੇ ਲਾ ਤੇ ਤੇ ਔਰ ਤੁਹਾਡੀ ਸਾਰੀ ਫੈਮਿਲੀ ਠੀਕ ਰਹੂਗੀ। ਜੀ ਉਹ ਮੈਨੂੰ ਕਹਿੰਦਾ ਮੰਜੀ ਵੀ ਅਸੀਂ ਡਾਕਟਰ ਸਾਹਿਬ, ਅਸੀਂ 3 ਕੁ ਮਹੀਨੇ ਪਹਿਲਾਂ ਫਾਰਚੂਨਰ ਗੱਡੀ ਕਢਾ ਲਈ 40 ਲੱਖ ਦੀ, ਫਿਰ ਅਗਲੇ ਸਾਲ ਲੈ ਲਾਂਗੇ। ਜੀ ਜਾਣੀ ਕਿ ਉਹਨੇ ਬੰਦੇ ਨੇ ਉਸਨੂੰ ਲਾਈਟਲੀ ਲੈ ਲਿਆ ਗੱਲ ਨੂੰ, ਜਿਹੜੀ ਮੈਂ ਇੰਨੀ ਇੰਪੋਰਟੈਂਟ ਗੱਲ ਦੱਸੀ ਉਹਨੂੰ। ਜੀ ਜੀ ਮਤਲਬ ਮਸ਼ੀਨ 2,35,000 ਦੀ ਆ, ਉਹਨੇ 40 ਲੱਖ ਦੀ ਗੱਡੀ ਲੈ ਲਈ ਰਿਫੋਰਮ ਦੇ ਮਾਰੇ ਨੇ, ਉਹਨੇ ਆਪਦੇ ਆਪ ਨੂੰ ਠੀਕ ਕਰਨ ਨੂੰ ਉਹ ਮਸ਼ੀਨ ਲੈ ਕੇ ਨੀ ਖੁਸ਼। ਵਾਹ ਜੀ ਵਾਹ, ਇਹੋ ਜਿਹੇ ਲੋਕ ਨੇ ਨਾ, ਫਿਰ ਅਸੀਂ ਫਿਰ ਜਦੋਂ ਕੋਈ ਜਦੋਂ ਲੋਕ ਕਹਿੰਦੇ ਨੇ ਅਸੀਂ ਫਾਇਦਾ ਹੋ ਜਾਈਦਾ, ਅਸੀਂ ਇਨਸਾਨ ਹੀ ਆ, ਬਿਲਕੁਲ ਅਸੀਂ ਦੱਸ ਸਕਦੇ ਹਾਂ ਵੀ ਆਹ ਕਰੋ ਆਹ ਖਾ ਲੋ ਆਹ ਪੀ ਲੋ, ਉਹਨੂੰ ਕਰਨਾ ਤਾਂ ਅਗਲੇ ਨੇ ਨਾ, ਅੱਗੇ ਕਹਿੰਦਾ ਉਹਨਾਂ ਤੁਹਾਨੂੰ। ਜੀ 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 ਬਿਲਕੁਲ ਜੀ ਬਿਲਕੁਲ। ਸੋ ਡਾਕਟਰ ਅਮਰੀਕ ਜੀ, ਇੱਕ ਚੀਜ਼ ਹੋਰ, ਇਹ ਤਾਂ ਹੋ ਗਿਆ ਸਾਰਾ ਮਤਲਬ ਪੱਥਰੀਆਂ ਦਾ ਇਲਾਜ ਘਰੇਲੂ ਰਸੋਈ ਦੇ ਮੁਤਾਬਿਕ, ਹਨਾ। ਸੋ ਡਾਕਟਰ ਸਾਹਿਬ, ਇੱਕ ਚੀਜ਼ ਜਿਹੜੀ ਇਹ ਪੱਥਰੀ ਦੇ ਵਿੱਚ ਅਹਿਮ ਰੋਲ ਅਦਾ ਕਰਦੀ ਆ, ਕਿਹੜੀ ਚੀਜ਼ ਆ ਕਿ ਉਹਨੂੰ ਅਸੀਂ ਨਾ ਵਰਤੀਏ ਤੇ ਸਾਡੇ ਪੱਥਰੀਆਂ ਨਾ ਹੋਣ? ਇੱਕ ਤਾਂ ਤੁਸੀਂ ਕੋਲਡ ਡਰਿੰਕ ਦੀ ਗੱਲ ਕੀਤੀ, ਇੱਕ ਦੁੱਧ ਸਹੀ ਤਰੀਕੇ ਨਾਲ ਨਾ ਪੀਣ ਦੀ ਗੱਲ ਕੀਤੀ, ਤੇ ਫਾਸਟ ਫੂਡ ਇਹਦੇ ਵਿੱਚ ਕਿੰਨੀ ਕੁ ਭੂਮਿਕਾ ਨਿਭਾਉਂਦਾ ਇਹ ਜਰੂਰ ਪੁੱਛਣਾ ਚਾਹਾਂਗੀ, ਕਿਉਂਕਿ ਹਰ ਵਿਸ਼ੇ ਨੂੰ ਹਰ ਬਿਮਾਰੀ ਨੂੰ ਲੱਗਦਾ ਮੈਨੂੰ ਕਿਤੇ ਨਾ ਕਿਤੇ ਇਹਦਾ ਟੱਚ ਜ਼ਰੂਰ ਆ। ਫਾਸਟ ਫੂਡ ਤਾਂ ਸਾਰਿਆਂ ਨੂੰ ਮਾੜਾ ਨਾ, ਉਹ ਤਾਂ ਤੁਸੀਂ ਉਸੇ ਤਾਂ ਵੈਸੇ ਕਾਂਟਾ ਪਾ ਦੋ, ਹਰ ਪਰਿਵਾਰ ਨੇ ਪੱਕਿਆ ਨੇ ਫਾਸਟ ਫੂਡ ਕੋਲਡ ਡਰਿੰਕ ਹੈ, ਇਹਨਾਂ ਤੇ ਪਰਮਾਨੈਂਟਲੀ ਕਾਂਟਾ ਮਾਰ ਦੋ ਜੀ। ਹੁਣ ਆ ਗਿਆ ਜਿਹੜਾ ਜ਼ਿਆਦਾ ਘਿਓ ਖਾਣਾ, ਐਵੇਂ ਖਾਈ ਜਾਣਾ, ਕਈ ਹੁਣ ਅੱਧੇ ਦੀ ਕੌਲੀ ਸ਼ੱਕਰ ਚ ਪਾ ਕੇ ਕਦੇ ਰੋਟੀ ਖਾਣ ਤੋਂ ਬਾਅਦ ਲੈ ਲੈਂਦੇ ਆ, ਉਹ ਨੀ ਲੈਣਾ ਚਾਹੀਦਾ, ਕਿਉਂਕਿ ਜਦ ਤੁਸੀਂ ਕੰਮ ਕਰਦੇ ਹੋ ਫਿਜ਼ੀਕਲੀ ਕੁਛ ਕਰਦੇ ਹੋ ਤਾਂ ਕਰੋ ਜੀ ਜੀ ਤਾਂ ਤਾਕਤ ਵਾਲੀਆਂ ਚੀਜ਼ਾਂ ਜ਼ਿਆਦੀਆਂ ਲਓ। ਬੇਸਿਕ ਉਹਦਾ ਹਰ ਬੰਦੇ ਨੂੰ ਜ਼ਰੂਰੀ ਹੈ ਜੀ, ਔਰ ਇੱਥੇ ਮੈਂ ਮੈਂਸ਼ਨ ਕਰਦੇ ਆ ਵੀ ਦੇਸੀ ਘਿਓ ਨਾਲ ਬੀਪੀ ਨਹੀਂ ਵੱਧਦਾ, ਬੀਪੀ ਕੋਲੈਸਟ੍ਰੋਲ ਵਧਣ ਨਾਲ ਵੱਧਦਾ। ਕੋਲੈਸਟ੍ਰੋਲ, ਕੋਲੈਸਟ੍ਰੋਲ ਬਣਦਾ ਕਿਹੜੀ ਚੀਜ਼ ਤੋਂ? ਬਣਦਾ ਕਿਹੜੀ ਚੀਜ਼ ਤੋਂ? ਜਿਹੜੇ ਹੁਣ ਆਪਾਂ ਐਵੇਂ ਆਵਾ ਤਾਵਾ ਖਾਈ ਜਾਂਦੇ ਹਾਂ, ਵਾਧੂ ਖਾਣ ਪਾਣ ਤੋਂ, ਵਾਧੂ ਖਾਣ ਪੀਣ ਤੋਂ, ਮਤਲਬ ਭੁੱਖ ਰੱਖ ਕੇ ਖਾਣਾ ਚਾਹੀਦਾ। ਆਪਾਂ ਤਾਂ ਮਤਲਬ ਇਸ ਤਰ੍ਹਾਂ ਹੁੰਦਾ ਵੀ ਮੈਂ ਹੁਣ ਕੱਲ ਮੇਰਾ ਕੈਂਪ ਸੀ ਤਾਂ ਲੈ ਕੇ, ਮੈਂ ਪੁੱਛਿਆ ਸਾਹ ਚੜਦਾ ਜੀ ਬੀਬੀ ਨੂੰ ਤੇ ਹੋਣੀ 60 ਸਾਲ ਦੀ ਜੀ, ਮੈਂ ਕਿਹਾ ਮਾਈ ਖਰਾਕ ਕੀ ਤੇਰੀ ਜੀ, ਕਦੀ ਸੁਧਾਰਨ ਜੀ ਇਹਨਾਂ ਸਿਹਤ ਦੀ? ਕਹਿੰਦੀ ਬਸ 4 ਰੋਟੀਆਂ ਸਵੇਰੇ, 4 ਦੁਪਹਿਰੇ, 4 ਸ਼ਾਮ ਨੂੰ ਜੀ। ਮੈਂ ਕਿਹਾ ਦੁੱਧ ਵਗੈਰਾ? ਦੁੱਧ ਤਾਂ ਫਿਰ ਆਇਆ ਨੂੰ ਘੱਟ ਦਿੰਦੀ ਆ, ਤੇ ਮੈਂ ਕਦੇ ਕਦੇ ਵੇਚਦੀ, ਕਹਿੰਦੀ ਦਾਲ ਆ ਲੈਣੀ ਪਾਈ, ਅੱਧਾ ਕਿਲੋ ਪੀ ਜਾਂਦੀ ਹੁੰਦੀ। ਅੱਛਾ ਜੀ, ਨੋਰਮਲ ਖਾ ਕੇ ਦੱਸਿਆ ਇਹਨੂੰ 12 ਰੋਟੀਆਂ ਨੂੰ, ਔਰ ਮਤਲਬ ਜੇ ਜੋ ਆਪਣੀ ਉਮਰ ਵੱਧਦੀ ਤਿਉਂ ਤੇ ਆਪਾਂ ਨੂੰ ਖੁਰਾਕ ਘਟਾਉਣੀ ਚਾਹੀਦੀ, ਉਹ ਵਧਾਈ ਜਾਂਦੇ ਨੇ ਜੀ ਜੀ ਜੀ। ਸੋ ਉੱਥੇ ਗੁਰਦੁਆਰੇ ਕੈਂਪ ਲੱਗਾ ਸੀ ਹਫ਼ਤੇ ਚ, ਉਹਦੇ ਮੈਂ ਕਿਹਾ ਜ਼ਿਆਦਾ ਨੀ 100 ਗ੍ਰਾਮ ਪ੍ਰਸ਼ਾਦ ਹੋਊਗਾ ਜੀ 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 ਜੀ, ਪ੍ਰਸ਼ਾਦ ਇੰਨਾ ਮਿੱਠਾ ਉਹਨੂੰ ਗਿਣਦੇ ਨੀ, ਉਹ ਕਹਿੰਦੇ ਚਲੋ ਤਾਂ ਵੈਸੇ ਪਰਮਾਤਮਾ ਬਾਬਾ ਜੀ ਨੇ ਦਿੱਤਾ ਸਾਨੂੰ ਜੀ ਜੀ। ਸੋ ਇਹ ਮਸਲੇ ਹੈਗੇ ਆ ਜੀ ਜੀ, ਬਾਕੀ ਆਪਾਂ ਹੌਲੀ ਹੌਲੀ ਸਾਰੇ ਕਰਾਂਗੇ ਪ੍ਰੋਗਰਾਮ ਜਿਹੜੇ ਹੈਗੇ ਅੱਗੇ ਹਰ ਬਿਮਾਰੀ ਉੱਤੇ ਆਪਾਂ ਕਰਾਂਗੇ ਜੀ ਜੀ। ਤੇ ਡਾਕਟਰ ਸਾਹਿਬ, ਇੱਕ ਮੈਂ ਰੋਕਦੀ ਤੁਹਾਡੀ ਗੱਲ ਨੂੰ, ਮਾਫੀ ਚਾਹਾਂਗੀ, ਇੱਕ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਕੈਲਸ਼ੀਅਮ ਦੀ ਗੱਲ ਕੀਤੀ ਸੀ ਜੀ,
ਵੀ ਆਪਾਂ ਰਸੋਈ ਦੇ ਵਿੱਚ ਕਿਹੜੀ ਕਿਹੜੀ ਚੀਜ਼ ਨੂੰ ਵਰਤ ਕੇ ਕੈਲਸ਼ੀਅਮ ਬਣਾ ਸਕਦੇ ਆ ਤੇ ਉਹ ਆਪਣੀ ਚਾਹ ਦੇ ਵਿੱਚ ਜਾਂ ਹੋਰ ਪਦਾਰਥਾਂ ਦੇ ਵਿੱਚ ਲੈ ਸਕਦੇ। ਸ਼ਹਿਦ ਦੇ ਵਿੱਚ ਉਹਨਾਂ ਦੀ ਇੱਕ ਚੁਟਕੀ ਲੈਣੀ ਸੀ ਤੇ ਮੈਂ ਚਾਹਾਂਗੀ ਕਿ ਤੁਸੀਂ ਉਹ ਜਿਹੜਾ ਨੁਕਤਾ ਆ ਇੱਕ ਵਾਰੀ ਅੱਜ ਫੇਰ ਦੁਬਾਰਾ ਸਾਡੇ ਸਰੋਤਿਆਂ ਨੂੰ ਲਿਖਾ ਦਿਓ ਕਿਉਂਕਿ ਉਹਨਾਂ ਦੀ ਡਿਮਾਂਡ ਸੀ ਕਿ ਅਸੀਂ ਇਹਨੂੰ ਪੂਰਾ ਕਰਨਾ ਚਾਹੁੰਦੇ ਆ। ਨੈਚੁਰਲੀ ਤੁਸੀਂ ਕੈਲਸ਼ੀਅਮ ਲੈਣਾ ਹੈਗਾ ਤਾਂ ਸਿਰਫ ਤੁਸੀਂ ਦੋ ਚੀਜ਼ਾਂ ਲੈ ਲਓ, ਬਾਹਰ ਕੁਛ ਲੈਣ ਦੀ ਲੋੜ ਨਹੀਂ। ਜੀ ਅਸ਼ਵਗੰਧਾ ਲੈ ਲਓ 100 ਗ੍ਰਾਮ, 100 ਗ੍ਰਾਮ ਸਤਾਵਰ ਲੈ ਲਓ ਤੇ 100 ਗ੍ਰਾਮ ਤੁਸੀਂ ਵਧਾਰਾ ਲੈ ਸਕਦੇ ਹੋ। ਇਹ ਤਿੰਨ ਜਿਹੜੀਆਂ ਬੂਟੀਆਂ ਨੇ ਤੁਹਾਨੂੰ ਕਦੇ ਬੁਰਾ ਨਹੀਂ ਹੋਣ ਦੇਣਗੇ, ਚਾਹੇ ਕੋਈ ਲੇਡੀਜ਼ ਦਾ ਚਾਹੇ ਬੰਦਾ। ਫਿਰ ਡਾਕਟਰ ਇਹ ਤੇ ਪੰਸਾਰੀ ਦੀ ਦੁਕਾਨ ਤੋਂ ਮਿਲੂਗਾ ਨਾ ਫਿਰ? ਹਾਂ ਫਿਰ ਕੀ ਹੋ ਗਿਆ, ਦੁਬਾਰਾ ਇਹ ਬੋਲ ਕੋਈ ਦੋ ਮਹਿੰਗੀ ਥੋੜੀ ਹੈ, ਮਹਿੰਗੀ ਇਹ ਕੋਈ, ਇਹ ਤਾਂ ਸਸਤੀਆਂ ਹੀ ਚੀਜ਼ਾਂ ਨੇ। ਜੀ ਦੁਬਾਰਾ ਬੋਲ ਦਿਓ ਜੀ, ਅਸ਼ਵਗੰਧਾ ਅਸ਼ਵਗੰਧਾ ਸ਼ਤਾਵਰੀ ਤੇ ਵਿਦਾਰਾ, ਅਸ਼ਵਗੰਧਾ ਸ਼ਤਾਵਰੀ ਤੇ ਵਿਦਾਰਾ ਤਿੰਨਾਂ ਨੂੰ ਮਿਕਸ ਕਰ ਲਓ। 2 ਚਮਚੇ ਦੇ ਲਓ ਸਵੇਰੇ, 2 ਚਮਚੇ ਸ਼ਾਮ ਨੂੰ। ਨੈਚੁਰਲੀ ਕੈਲਸ਼ੀਅਮ ਆ, ਇਹਦੇ ਫਾਇਦੇ ਹੀ ਫਾਇਦੇ ਨੇ। ਜੀ 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 ਠੀਕ ਹੈ। ਹਾਂਜੀ ਹਾਂਜੀ ਤੇ ਡਾਕਟਰ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਚੀਜ਼ ਰਹਿ ਗਈ ਹੋਵੇ ਵੀ ਪੱਥਰੀ ਨੂੰ ਕੰਟਰੋਲ ਕਰਨ ਦੇ ਲਈ ਜਿਹੜੀ ਸਰੋਤਿਆਂ ਦੇ। ਸਾਰਾ ਕੁਝ ਕਵਰ ਹੋ ਗਿਆ ਜੀ, ਬਸ ਤੁਸੀਂ ਆਪਦੀ ਐਕਸਰਸਾਈਜ਼ ਕਰੋ ਜਿਹੜੀ ਮੈਂ ਦੱਸਿਆ, 45 ਮਿੰਟ ਸੈਰ ਕਰਨੀ, 45 ਮਿੰਟ ਧੁੱਪ ਲੈਣੀ, ਜੀ ਦੁੱਧ ਨੂੰ ਪੀਣ ਦਾ ਤਰੀਕਾ ਤਾਂ ਮੋਟੀ ਲੈ ਜੀ ਪਾ ਕੇ ਪੀਣਾ, ਦੂਜੂ ਨਹੀਂ ਪੀਣਾ, ਜੀ ਪੱਥਰੀ ਨਹੀਂ ਹੋਊਗੀ, ਪੱਥਰ ਜਾਂ ਡੋਲ ਖਾਓ ਜੀ। ਬਸ ਵਾਹ ਜੀ, ਆਲੇ ਦੁਆਲੇ ਆਪਣੇ ਦੱਸੋ ਪੱਥਰ ਖਾਇਆ ਕਰੋ, ਆਪਦੇ ਗਮਲੇ ਲਾ ਲਓ ਘਰੇ, ਜੀ ਜੀ 5 ਰੁਪਏ ਦਾ, 5 ਰੁਪਏ ਦਾ ਇਹ ਪੌਦਾ ਹੈ ਜੀ। ਔਰ ਇੱਕ ਵਾਰ ਸਾਰੀ ਜ਼ਿੰਦਗੀ ਦੇਣੇ ਖਰਾਬ ਹੋਣਾ, ਸਾਰੀ ਜ਼ਿੰਦਗੀ ਵਧੀ ਜਾਣਾ, ਰੋਜ਼ ਵੱਧਦਾ ਇਹ। ਬਿਲਕੁਲ ਜੀ ਬਿਲਕੁਲ, ਤੋ ਨਾਲੇ ਇੱਕ ਇਹ ਚੀਜ਼ ਇਹ ਵੀ ਆ, ਪੱਥਰ ਜੜ ਨੂੰ ਤੁਸੀਂ ਪੱਤੇ ਨੂੰ ਤੋੜ ਕੇ ਜੇ ਅੱਧਾ ਮਿੱਟੀ ਦੇ ਵਿੱਚ ਨੱਪ ਦਿੰਦੇ ਹੋ ਤੇ ਇਹ ਆਪਣੇ ਆਪ ਵੀ ਬੂਟਾ ਤਿਆਰ ਹੋ ਜਾਂਦਾ, ਬਹੁਤ ਵਧੀਆ, ਬਿਲਕੁਲ ਹੋ ਜਾਂਦਾ ਜੀ ਬਿਲਕੁਲ। ਨਵੇਂ ਤੌਰ ਤੇ ਵੀ ਨਵਾਂ ਬੂਟਾ ਵੀ ਹੋ ਸਕਦਾ, ਜਿੰਨੇ ਮਰਜ਼ੀ ਤੁਸੀਂ ਪਹਿਲਾਂ ਬੂਟੇ ਲਾ ਲਓ ਤਾਂ ਫਿਰ ਦੁਬਾਰਾ ਦੁਬਾਰਾ। ਸੋ ਡਾਕਟਰ ਸਾਹਿਬ ਇੱਕ ਤਰੀਕਾ ਬਹੁਤ ਵਧੀਆ ਦੱਸਿਆ ਕਿ ਧਨੀਏ ਦੀ ਗੁੱਠੀ ਨੂੰ ਲੈ ਕੇ ਚੰਗੀ ਤਰ੍ਹਾਂ ਧੋ ਕੇ ਤੇ ਉਹਨੂੰ ਕੱਟ ਕੇ ਪਾਣੀ ਵਿੱਚ ਉਬਾਲ ਕੇ ਇਹਦਾ ਪੀਣਾ ਤੇ ਇਹਦੇ ਨਾਲ ਪੱਥਰੀ ਜਿਹੜੀ ਕੰਟਰੋਲ ਹੋ ਜਾਂਦੀ ਹੈ, ਤੇ ਜੇ ਗਰਮੀ ਆ ਪੇਟ ਦੇ ਵਿੱਚ ਸ਼ਾਇਦ ਇਹਦੇ ਨਾਲ ਵੀ ਕੰਟਰੋਲ ਹੋ ਜਾਂਦੀ ਧਨੀਏ ਦੇ ਨਾਲ ਪਾਣੀ ਨਾਲ। ਬਿਲਕੁਲ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ ਦਾ ਇਸ ਪ੍ਰੋਗਰਾਮ ਦੇ ਵਿੱਚ ਖਾਸ ਮਕਸਦ ਇਹੀ ਸੀ ਕਿ ਜਿਹੜੇ ਪੱਥਰੀ ਦੇ ਖਾਸ ਪੇਸ਼ੈਂਟ ਨੇ, ਪੱਥਰੀ ਤੋਂ ਬਹੁਤ ਜ਼ਿਆਦਾ ਦੁਖੀ ਨੇ, ਬਹੁਤ ਸਾਰੀਆਂ ਦਵਾਈਆਂ ਖਾ ਚੁੱਕੇ ਨੇ ਤੇ ਮੂੰਹ ਦਾ ਸਵਾਦ ਉਹਨਾਂ ਦਾ ਇੰਨਾ ਖਰਾਬ ਹੋ ਚੁੱਕਾ ਕਿ ਉਹਨਾਂ ਨੂੰ ਕੁਝ ਵੀ ਖਾਣ ਨੂੰ ਜੀ ਨਹੀਂ ਕਰਦਾ। ਸੋ ਇਹਨਾਂ ਚੀਜ਼ਾਂ ਦੇ ਨਾਲ ਮੈਨੂੰ ਲੱਗਦਾ ਕਿ ਉਹ ਆਪਣੀ ਜ਼ਿੰਦਗੀ ਨੂੰ ਨਵੇਂ ਰਾਹ ਤੇ ਤੋਰ ਲੈਣਗੇ। ਸੋ ਬਹੁਤ ਬਹੁਤ ਧੰਨਵਾਦ ਕਿ ਅੱਜ ਦਾ ਕੀਮਤੀ ਸਮੇਂ ਦੇ ਵਿੱਚ ਆਪਣੀ ਬਿਜ਼ੀ ਲਾਈਫ ਦੇ ਵਿੱਚੋਂ, ਕੈਂਪਾਂ ਦੇ ਵਿੱਚੋਂ ਵੀ ਸਾਡੇ ਲਈ ਸਮਾਂ ਕੱਢਦੇ ਹੋ ਤੇ ਸਾਡੇ ਸਰੋਤਿਆਂ ਦੇ ਲਈ ਇਹ ਨਵੀਂ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਦੇ ਹੋ। ਜੀ ਮਿਹਰਬਾਨੀ ਜੀ। ਸੋ ਇਹ ਸਨ ਡਾਕਟਰ ਅਮਰੀਕ ਜੀ, ਜੋ ਕਿ ਹਰ ਰੋਜ਼ ਨਵੇਂ ਵਿਸ਼ੇ ਦੇ ਨਾਲ, ਨਵੀਆਂ ਜਾਣਕਾਰੀਆਂ ਦੇ ਨਾਲ ਸਾਨੂੰ ਬਹੁਤ ਹੀ ਨਿਹਾਲ ਕਰਦੇ ਨੇ, ਕਿਉਂ ਹਰ ਇੱਕ ਨੂੰ ਜ਼ਰੂਰੀ ਹੈ ਕਿ ਰਸੋਈ ਦੇ ਵਿੱਚੋਂ ਹੀ ਸਾਰੀਆਂ ਚੀਜ਼ਾਂ ਮਿਲ ਜਾਣ ਤੇ ਅਸੀਂ ਆਪਣੀ ਬਿਮਾਰੀ ਨੂੰ ਠੀਕ ਕਰ ਪਾਈਏ। ਇੱਕ ਤਾਂ ਸਾਡਾ ਇੰਨਾ ਬਿਜ਼ੀ ਸ਼ਡਿਊਲ ਹੋ ਚੁੱਕਾ ਆ ਕਿ ਪੈਸਾ ਤਾਂ ਸਾਡੇ ਕੋਲ ਹੈਗਾ ਆ, ਪਰ ਦਵਾਈ ਲਿਆਉਣ ਨੂੰ ਵੀ ਕਈ ਵਾਰ ਸਮਾਂ ਨਹੀਂ ਹੁੰਦਾ, ਤੇ ਜੇ ਲੈ ਆਉਂਦੇ ਤਾਂ ਅਸੀਂ 15-15-20-20 ਦਿਨ ਦੀ ਇਕੱਠੀ ਲੈ ਆਉਂਦੇ ਆ ਤੇ ਲਗਾਤਾਰ ਖਾਂਦੇ ਰਹਿੰਦੇ ਆ, ਪਰਹੇਜ਼ ਜਿਹੜੇ ਆ ਉਹਨਾਂ ਤੇ ਵੱਲ ਅਸੀਂ ਧਿਆਨ ਨਹੀਂ ਦਿੰਦੇ, ਜਿਹਦਾ ਕਰਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਗ੍ਰਸਤ ਹੋ ਜਾਂਦੇ ਆ। ਸੋ ਪੱਥਰੀ ਇੱਕ ਇਹੋ ਜਿਹੀ ਅਲਾਮਤ ਬਣ ਚੁੱਕੀ ਆ, ਅਲਾਮਤ ਬਣੀ ਵੀ ਅਸੀਂ ਖੁਦ ਬਣਾਈ ਆ। ਇੱਕ ਤਾਂ ਸਾਡਾ ਨਾ ਜਿਹੜਾ ਟੌਰ ਨਵਾਂ ਆ, ਸਟੇਟਸ ਬਣਾਉਂਦੇ ਹਾਂ ਅਸੀਂ, ਕੋਈ ਵੀ ਆਉਂਦਾ ਕੋਲਡ ਡਰਿੰਕ ਲੈ ਆਓ ਜੀ, ਨਾਲ ਲੈ ਆਓ ਜੀ ਲੇਜ਼ ਜਾਂ ਮਤਲਬ ਕੋਈ ਹੋਰ ਚੀਜ਼ ਲੈਓ। ਸੋ ਉਹਦੇ ਨਾਲ ਹੁੰਦੀ ਆ ਜੀ ਪੱਥਰੀ। ਲੋ ਇੱਕ ਚੀਜ਼ ਤਾਂ ਹੁਣ ਸਾਫ ਹੋ ਗਈ, ਮੈਨੂੰ ਲੱਗਦਾ ਕਿ ਕੋਲਡ ਡਰਿੰਕ ਤੋਂ, ਕੋਕਾ ਕੋਲਾ ਤੋਂ ਮਤਲਬ ਸਾਰੇ ਥੋੜਾ ਥੋੜਾ ਪਿੱਛੇ ਨੂੰ ਹਟਣਾ ਸ਼ੁਰੂ ਹੋ ਜਾਓਗੇ। ਸੋ ਉਹਦੀ ਜਗ੍ਹਾ ਤੁਸੀਂ ਨਿੰਬੂ ਪਾਣੀ ਬਣਾ ਸਕਦੇ ਹੋ, ਜੇ ਸਿਆਲ ਆ ਤਾਂ ਤੁਸੀਂ ਚਾਹ ਵਧੀਆ ਬਣਾ ਸਕਦੇ ਹੋ, ਉਹਦੇ ਵਿੱਚ ਆਹ ਚੀਜ਼ਾਂ ਮਸਾਲੇ ਸਾਰੇ ਪਾ ਸਕਦੇ ਹੋ, ਉਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਸਹੀ ਕਰ ਸਕਦੇ ਆ। ਸੇ ਜੇ ਤੁਸੀਂ ਵੀ ਚਾਹੁੰਦੇ ਹੋ ਡਾਕਟਰ ਅਮਰੀਕ ਸਿੰਘ ਕੰਡਾ ਜੀ ਦੇ ਨਾਲ ਸੰਪਰਕ ਕਰਨਾ ਤਾਂ ਮੈਂ ਉਹਨਾਂ ਦਾ ਇੱਕ ਵਾਰੀ ਨੰਬਰ ਬੋਲ ਦਿੰਦੀ ਹਾਂ, ਜੇ ਤੁਹਾਨੂੰ ਜ਼ਰੂਰਤ ਪਈ ਤਾਂ ਤੁਸੀਂ ਜ਼ਰੂਰ ਉਹਨਾਂ ਦੇ ਨਾਲ ਸੰਪਰਕ ਕਰ ਲਿਓ। ਸੋ ਨੰਬਰ ਆ ਜੀ ਉਹਨਾਂ ਦਾ 98-557-35-66, ਇਹਦੇ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਅਮਰੀਕ ਸਿੰਘ ਕੰਡਾ ਦੇ, ਜੋ ਕਿ ਮੋਗੇ ਤੋਂ ਆਪਣੀ ਸਪੈਸ਼ਲ ਇੰਟਰਵਿਊ ਦੇ ਲਈ ਫੋਨ ਲਾਈਨ ਤੇ ਜੁੜਦੇ ਆ ਤੇ ਹਰ ਰੋਜ਼ ਕਿਤੇ ਨਾ ਕਿਤੇ ਕੈਂਪ ਲਾਉਂਦੇ ਆ, ਫ੍ਰੀ ਨਹੀਂ ਬੈਠਦੇ,
ਤੇ ਦਵਾਈਆਂ ਉਹ ਫ੍ਰੀ ਦਿੰਦੇ ਨੇ, ਪਰ ਇੱਕ ਚੀਜ਼ ਹੈ ਕਿ ਜੇ ਤੁਸੀਂ ਕੈਂਪ ਲਵਾਉਣਾ ਚਾਹੁੰਦੇ ਹੋ ਉਹਨਾਂ ਦੇ ਆਉਣ ਤੇ ਜਾਣ ਦਾ ਖਰਚਾ ਸਿਰਫ ਤੁਹਾਨੂੰ ਦੇਣਾ ਪਏਗਾ, ਬਾਕੀ ਦਵਾਈਆਂ ਜਿਹੜੀਆਂ ਉਹ ਸਾਰੀਆਂ ਫ੍ਰੀ ਹੋਣਗੀਆਂ, ਫ੍ਰੀ ਆਫ ਕਾਸਟ ਤੇ ਪਿਓਰ ਤੇ ਸ਼ੁੱਧ ਚੀਜ਼ਾਂ ਨੂੰ ਲੈ ਕੇ ਮਿਸ਼ਰਣ ਉਹਨਾਂ ਨੇ ਅਰਗ ਕੱਢੇ ਨੇ ਤੇ ਬਹੁਤ ਸਾਰੀਆਂ ਤਿਆਰੀਆਂ ਖੁਦ ਪਹਿਲਾਂ ਹੀ ਕਰਕੇ ਰੱਖਦੇ ਨੇ ਜਿਹਦੇ ਨਾਲ ਕਿ ਤੁਹਾਡੀ ਸਿਹਤ ਬਹੁਤ ਵਧੀਆ ਹੋ ਜਾਂਦੀ ਆ। ਸੋ ਨਿੱਕੀਆਂ ਨਿੱਕੀਆਂ ਚੀਜ਼ਾਂ ਅੱਜ ਦੀਆਂ ਰਸੋਈ ਦੇ ਵਿੱਚੋਂ ਵਰਤ ਕੇ ਅਸੀਂ ਪੱਥਰੀ ਨੂੰ ਕੰਟਰੋਲ ਵਿੱਚ ਕਰ ਸਕਦੇ ਹਾਂ, ਚਾਹੇ ਪਿੱਤੇ ਦੀ ਹੋਵੇ ਚਾਹੇ ਗੁਰਦੇ ਦੀ ਹੋਵੇ, ਤੇ ਉਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਆਪਣੀ ਸਰੀਰ ਦੇ ਵਿੱਚੋਂ ਇਹਨੂੰ ਛਡਾ ਸਕਦੇ ਹੋ। ਸੋ ਜੀ ਬਹੁਤ ਗੱਲਾਂ ਹੋ ਗਈਆਂ, ਬਹੁਤ ਵਿਚਾਰਾਂ ਵੀ ਹੋ ਗਈਆਂ ਤੇ ਨਾਲ ਦੇ ਨਾਲ ਸਮਾਂ ਵੀ ਲਗਭਗ ਹੋ ਗਿਆ, ਪਰ ਸਮੇਂ ਦੇ ਨਾਲ ਨਾਲ ਇੱਕ ਚੀਜ਼ ਹੋਰ ਹੈ ਕਿ ਜ਼ਿੰਦਗੀ ਦੇ ਵਿੱਚ ਅਸੀਂ ਇੰਨਾ ਕੁ ਕੁਝ ਕਰ ਪਈਏ, ਇੰਨਾ ਕੁ ਕੁਝ ਨਵੀਆਂ ਚੀਜ਼ਾਂ ਗ੍ਰਹਿਣ ਕਰ ਪਾਈਏ ਕਿ ਅਸੀਂ ਹਰ ਇੱਕ ਦੀ ਮਦਦ ਕਰ ਪਾਈਏ। ਕੋਸ਼ਿਸ਼ ਤਾਂ ਅਸੀਂ ਕਰ ਰਹੇ ਹਾਂ, ਬਾਕੀ ਤੁਹਾਡੇ ਅੰਦਰ ਹੈ ਜਜ਼ਬਾ ਆ, ਤੁਸੀਂ ਹੀ ਇਸ ਨੂੰ ਕੰਟਰੋਲ ਦੇ ਵਿੱਚ ਕਰ ਸਕਦੇ ਹੋ। ਮਿਹਨਤ ਤੁਸੀਂ ਕਰਨੀ ਆ, ਅਸੀਂ ਹੀਲਾ ਤੇ ਵਸੀਲਾ ਦੋ ਦੱਸਣੀਆਂ ਚੀਜ਼ਾਂ ਤੇ ਉਹਨਾਂ ਨੂੰ ਵਰਤਣਾ ਤੁਸੀਂ ਆ। ਸੋ ਅੱਜ ਦਾ ਪ੍ਰੋਗਰਾਮ ਇੱਥੇ ਸਮੇਟਦੇ ਆ ਤੇ ਜਾਣਾ ਕਿਤੇ ਨਹੀਂ, ਮੈਂ ਇਸ ਇਲਾਹੀ ਕੀਰਤਨ ਨਾਲ ਛੱਡ ਕੇ ਜਾ ਰਹੀ ਹਾਂ। ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਦੁੱਖਾਂ ਦੇ ਵੇਲੇ ਅਸੀਂ ਪਰਮਾਤਮਾ ਦਾ ਨਾਮ ਲੈਂਦੇ ਹਾਂ ਤੇ ਪਰਮਾਤਮਾ ਹੀ ਸਾਨੂੰ ਉਹਨਾਂ ਦੁੱਖਾਂ ਚੋਂ ਬਾਹਰ ਕੱਢਦਾ ਹੈ। ਸੋ ਆਓ ਜੀ ਗੁਰਬਾਣੀ ਦੇ ਨਾਲ ਜੁੜਦੇ ਆ। ਸੋ ਮੈਨੂੰ ਦਿਓ ਆਗਿਆ, ਕੱਲ ਫਿਰ ਮਿਲਾਂਗੇ ਨਵੀਆਂ ਵਿਚਾਰਾਂ ਤੇ ਨਵੀਆਂ ਖੋਜਾਂ ਦੇ ਨਾਲ ਤੇ ਨਵੇਂ ਮਾਹਰਾਂ ਦੇ ਨਾਲ ਤੇ ਨਵੇਂ ਵਿਸ਼ੇ ਨੂੰ ਲੈ ਕੇ। ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ। ਜੀਨਾ ਆਇਆ ਤੇ ਜਾਗਤ ਤਾਰੇ ਜਾਵੇ, ਧਨ ਧਨ ਆਉਣਾ ਉਹਨਾਂ ਦਾ। ਜੀਨਾ ਆਇਆ ਤੇ ਜਾਗਤ ਤਾਰੇ ਜਾਵੇ, ਧਨ ਧਨ ਆਉਣਾ ਉਹਨਾਂ ਦਾ।
जागत तर जावे तन तन आना उना दा इना आया तो जागत तर जावे तन तन आना उना दा तब हम जन्म कलू में लिया तिन प्रभ जब आयस मोहे दिया तब हम जन्म कलू में लिया चेतना भयो हमरो आवन को चेतना भयो हमरो आवन कह चुभी रही सुरत प्रभ चरणन में ज्यों तो प्रभ हमको समझायो एम कह के ए लोक पठायो जेड़े लोग हमेशा दूजियां दी निंदिया करदे हन उन्हां तों बचो अजिहे विचारां लई जुड़े रहो FM 90.4 अवतार रेडियो कुदरत दी आवाज़।